ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਲੈ ਵੀ ਮਿੱਤਰਾ, ਅੱਜ ਦੇ ਵਲੌਗ ਦੀ ਸ਼ੁਰੂਆਤ ਕੀਤੀ ਯਾਰ ਜਿੰਮ ਲਾ ਕੇ। ਹਾਂ ਵੀ ਕੀ ਮਾਹੌਲ ਪੱਟਾਂ ਦਾ? ਵਧੀਆ ਓਕੇ ਰਿਪੋਰਟ ਹੋਈ ਹੈ। ਲੈ ਵੀ ਅੱਜ ਜਿਹੜਾ ਹੈਗਾ ਵਰਕਆਊਟ ਪੱਟਾਂ ਦਾ, ਨਾਲ ਟ੍ਰਾਈਸੈਪ ਦਾ। ਸਰਪੰਚ ਹੋਣੀ ਜੇ ਹੋ ਗਏ ਜੇ ਗੋਲੀ ਥੱਲੇ। ਚਲੀਏ ਫਿਰ ਆਪਾਂ ਵੀ ਹਾਏ ਹਾਏ ਵੇ ਢਲਵਾ ਪੱਟ ਲਵਾ ਤੇ ਜੀ। ਓਮ ਹੋ ਸਰਪੰਚ ਤੂੰ ਬਣ ਗਿਆ ਪੁੱਤ। ਮੈਂ ਭਾਜੀ ਬਾਈ ਸਾਹਿਬ ਨਾਲ ਲਾਣਾ, ਮੈਂ ਕਿਹਾ ਲਾਲਾ ਹੈ ਸਰਪੰਚ ਬਣ ਗਿਆ। ਇੱਧਰ ਇੱਧਰ ਕਾਲੀ ਹੋਣੀ ਢਿੱਲ ਹੋਣੀ, ਬਹਿਜਾ ਬਹਿਜਾ ਕਰਾ ਜੀ ਪੱਟਾਂ ਦੀ ਹੈ। ਲੈ ਵੀ ਮਿੱਤਰਾ ਬੰਦੇ ਸਾਰੇ ਬਾਸ਼ੀ ਮੂੜ ਤੇ ਪਏ ਜੀ ਹੈਂ। ਐਡੀ ਰੂਬੀ ਕੌਣ ਲੈ ਜੀ, ਇੱਕ ਲੱਗੀ ਰਹਿੰਦੀ ਇੱਥੇ, ਬੰਦੇ ਲੱਭਣ ਨਹੀਂ ਡੈ। ਬੈਗ ਤਾਂ ਰੱਖੋ ਵਿੱਚ, ਫਿਰ ਬੈਗ ਰੱਖੋ ਵਿੱਚ। ਚਲੀਏ ਜਿੰਮ ਵਾਲਾ ਕੰਮ ਕਰਕੇ ਆਪਾਂ ਓਕੇ ਰਿਪੋਰਟ ਤੇ ਮੈਂ ਲੱਭਣ ਡਿਆ ਬੰਦੇ। ਆਪਣੇ ਬੰਦੇ ਮੈਨੂੰ ਤਿੰਨ ਹੀ ਲੱਭੇ ਜੀ, ਤਿੰਨ ਵੀ ਕਦੇ। ਇੱਕ ਫਿਰ ਗੋਲੀ ਹੋ ਗਿਆ ਮਾਂ ਵੀਰ, ਅਤੇ ਕਾਲੀ ਵੀਰ ਰਹਿ ਗਏ ਮੇਰੇ ਕੋਲ, ਭੁੱਲਰ ਵੀ ਗੋਲੀ। ਇਹ ਬੰਦੇ ਕਹਿ ਪੇਸ਼ੀਆਂ ਪਈ, ਪੇਸ਼ੀ ਦਾ ਮਤਲਬ ਕਿ ਗਿਆ ਆਪਾਂ ਆਪਣੀ ਨਾਲੀਆਂ ਦੇ ਕੋਲ। ਯਾਰ ਹੁਣ ਜਿੰਮ ਲਾਉਣ ਡੇ, ਜਿੰਮ ਲਾ ਗਏ ਆਪਾਂ, ਥੋੜ੍ਹੀ ਓਕੇ ਰਿਪੋਰਟ ਕਰਾ ਲਈਏ ਜੀ ਹੈਂ। ਉਹ ਤੋਂ ਬਾਅਦ ਨਿੱਕੀ ਜੀ ਕਰਾਂਗੇ ਸ਼ੋਪਿੰਗ, ਸ਼ੋਪਿੰਗ ਕਰਨ ਤੋਂ ਬਾਅਦ ਫਿਰ ਵੇਖਾਂ ਕੀ ਮਾਹੌਲ ਬਣਦਾ। ਅਤੇ ਉਹ ਸਭ ਤੋਂ ਪਹਿਲਾਂ ਕਰੀਏ ਪੇਟ ਪੂਜਾ, ਜਿੰਮ ਲਾ ਲਿਆ ਆਪਾਂ, ਡਾਇਟ ਦਾ ਮੀਲ ਖਾ ਕੇ। ਸਣੀ ਨੂੰ ਕੀਤਾ ਫੋਨ, ਸਣੀ ਕਹਿੰਦਾ ਬਾਈ ਮੈਨੂੰ ਅੱਧਾ ਪੌਣਾ ਘੰਟਾ ਲੱਗ ਜਾਣਾ। ਮੈਂ ਕਿਹਾ ਕਿ ਪਾਸੇ, ਮੈਂ ਕਿਹਾ ਠੀਕ ਹੈ ਬਾਈ, ਉਦੋਂ ਤੱਕ ਤੁਸੀਂ ਮਾਸਾ ਆਪਣਾ ਖਾਣ ਪੀਣ ਹੀ ਪੂਰਾ ਕਰਨਾ, ਖਾਣ ਪੀਣ ਪੂਰਾ ਕਰਕੇ ਅਤੇ ਫਿਰ ਵੇਖਾਂ। ਸਣੀ ਦਾ ਫੋਨ ਆ ਗਿਆ, ਠੀਕ ਹੈ ਨਹੀਂ ਫਿਰ ਇੱਥੇ ਲਾਗੇ ਮੋਲ ਹੈਗਾ, ਉੱਥੋਂ ਮਾੜੀ ਮੋਟੀ ਕਰਕੇ ਸ਼ੋਪਿੰਗ। ਸ਼ੋਪਿੰਗ ਕਦੀ ਕਰਨੀ ਅਸੀਂ, ਥੋੜ੍ਹੇ ਦਿਨਾਂ ਤੱਕ ਚੱਲੇ ਹਾਂ ਹਜ਼ੂਰ ਸਾਹਿਬ, ਅਤੇ ਲੀੜਾ ਕੱਪੜਾ ਕਰੀਏ ਤਿਆਰ। ਇਹ ਬੰਦੇ ਆਪਾਂ ਸਾਰਿਆਂ ਨੂੰ ਇੱਕ ਵਾਰ ਫੋਨ ਘੁਮਾਤਾ ਵਾ, ਤਿਆਰ ਪਰ ਤਿਆਰ ਜਿਹੜੇ ਹੋ ਜਾਣਗੇ ਉਹਨਾਂ ਨੂੰ ਆਪਾਂ ਲੈ ਜਾਵਾਂਗੇ, ਅਤੇ ਬਾਕੀ ਜਿਨ੍ਹਾਂ ਦੇ ਕਰਮਾਂ 'ਚ ਨਹੀਂ ਹੋਊਗਾ ਉਹ ਰਹਿ ਜਾਣਗੇ। ਅਤੇ ਉਹਦੇ ਕਰਕੇ ਆਪਾਂ ਅੱਜ ਮੁਹਾਲੀਓਂ ਜਾਵਾਂਗੇ ਪਿੰਡ ਨੂੰ ਸ਼ਾਮ ਤੱਕ। ਇੱਥੋਂ ਵਾਲੇ ਜਿੰਨੇ ਕੰਮ ਨਿੱਕੇ ਮੋਟੇ ਸਾਰੇ ਨਿਬੇੜ ਕੇ, ਜਿਹੜੇ ਸੱਜਣਾ ਮਿੱਤਰਾਂ ਨੂੰ ਮਿਲਣ ਵਾਲਾ ਰਹਿ ਗਿਆ ਮਿਲ ਗਿਲ ਕੇ, ਅਤੇ ਸ਼ਾਮਾਂ ਨੂੰ ਜਾਵਾਂਗੇ ਪਿੰਡ। ਅਤੇ ਕੱਲ੍ਹ ਜਾ ਕੇ ਵਿੱਚ ਆਪਣੇ ਦੋ ਤਿੰਨ ਦਿਨ ਰਹਿ ਗਏ ਆ, ਕਿਉਂਕਿ ਤਰੀਕ ਅਸੀਂ ਫਾਈਨਲ ਕਰਤੀ ਆ ਹੈ ਨਾ। ਉਹਦੇ ਵਿੱਚ ਵਿੱਚ ਆਪਾਂ ਗੱਡੀ ਦੇ ਟਾਇਰ ਚੇਂਜ ਕਰਾਉਣੇ ਆ, ਅਤੇ ਫੋਰਚੂਨਰ ਨੂੰ PPF ਕਰਾਉਣੀ ਆ ਹੈ ਨਾ, ਅਤੇ ਪਾਉਂਦੇ ਹਾਂ ਫਿਰ ਸ਼ਾਮਾਂ ਨੂੰ ਚਾਲੇ ਪੇਟ ਪੂਜਾ ਕਰ। ਪੂਜਾ ਵਾਲੇ ਕੰਮ ਦੇ ਵਿੱਚ ਆਪਣਾ ਮੀਲ ਹੈਗਾ ਜੇ ਨੈਚੁਰਲ ਪ੍ਰੋਟੀਨ ਸ਼ੇਕ, ਅਤੇ ਇੱਕ ਮੀਲ ਆਪਣਾ ਹੋਰ ਆਉਣ ਡਿਆ। ਪੇਟ ਪੂਜਾ ਕਰ ਲਈ ਅਸੀਂ, ਹੁਣ ਚੱਲੇ ਯਾਰ ਨਹੀਂ ਵਾਲ ਕਟਾਉਣ, ਸੋਹਣੇ ਸੋਹਣੇ ਬਣ ਜਾਈਏ ਮਾਸਾ। ਹਾਂ ਮੀਂਹ ਜਾਂ ਪੈਣ ਦਾ ਗੱਡੀਆਂ ਧਵਾਉਂਦਾ ਕੋਈ ਫਾਇਦਾ ਨਹੀਂ ਗੁਰੂ ਆ ਜੇ ਹੈ ਨਾ। ਹੈਂ ਨਵੀਂ ਗੱਡੀ ਦੀ ਪ੍ਰੈਗਨੈਂਸੀ ਹੋਰ ਹੁੰਦੀ ਤੈਨੂੰ ਪਤਾ, ਸੀਟਾਂ ਸੂਟਾਂ ਦੀਆਂ ਚੱਲ ਵੀ ਰਾਣੀਆਂ। ਹਾਂ ਖਾਧਾ ਕੁਛ ਨਹੀਂ, ਤਾਂ ਹਾਇਆ ਕਰੀ ਜਾਂਦੇ ਪੱਟ ਜੇ ਦੇ ਲਾਗੇ, ਰੈਸਟ ਮੰਗਦਾ ਫਰੀ ਰੈਸਟ ਰਾਣੀਏ। ਚਲੀਏ ਲੈ ਵੀ ਆਹ ਜਾ ਹੀ ਲਿਬੜਦੀ ਆ ਟਾਇਰ ਬਾਹਰ ਕਰਕੇ, ਪਰ ਅਜੇ ਮੇਰੇ ਸਾਹ ਓਹੋ ਗੱਡੀ ਵਾਪਸ ਹੀ ਕਰਨੀ ਪੈਣੀ, ਗਾੜੀ ਤਾਂ ਰਾਹ ਪੁੱਟਿਆ ਉਹਨਾਂ ਨੇ, ਨਹੀਂ ਲੰਘਣੀ। ਲੰਘ ਵੀ ਗਈ ਤੇ ਬਾਅਦ ਐਵੇਂ ਵੀਲ ਤੋੜਾਂਗੇ, ਫਾਇਦਾ ਨਹੀਂ ਕੋਈ। ਲੈ ਵੀ ਮਿੱਤਰਾ ਕਹਿੰਦੇ ਗੈਂਗ ਬਾਸ਼ੀ ਕਰਕੇ ਉਹ ਨਜ਼ਰ ਆਉਂਦੀ ਦਿਖਦੀ ਮੈਨੂੰ ਉੱਧਰ ਵੇ ਹੈ, ਉਹ ਖਲੋਤੀ ਗੈਂਗ, ਉਹ ਵੇਖ ਗੈਂਗ ਵਾਲੇ ਵੇਖਣਾ ਹੋਰ ਕੇ ਪਾਸੇ ਨੀ ਵੇਖਣਾ, ਠੀਕ ਹੈ ਨਾ। ਉਹ ਤੈਨੂੰ ਸਾਲਾ ਗੈਂਗ ਦੀ ਨੀ ਦਿਖਣੀ ਤੈਨੂੰ, ਤੈਨੂੰ ਪਤਾ ਫਿਰ ਸੱਜਣਾ ਬੜਾ ਜੀ ਲੱਗਦਾ ਗੈਂਗ ਦਾ। ਲੈ ਵੀ ਗੈਂਗ ਬਾਸ਼ੀ ਕਰਕੇ ਵਾਪਸ ਆਉਂਦੀ ਹੋਈ ਹੈ। ਹਾਂ ਵੀ ਗੈਂਗ ਉਹੀ ਸਾਲੇ ਫਿੱਕੇ ਜੇ ਹੋ ਗਏ ਦੋਵਾਂ ਦਿਨਾਂ ਚ, ਦੱਸ ਦੇ ਨਹੀਂ ਜੇ ਹੈਂ ਫਿੱਕੇ ਜੇ ਹੋ ਗਏ ਜੇ, ਫਿੱਕੇ ਜੇ ਹੋ ਗਏ ਕੀ ਗੱਲ ਆ ਹੈਂ, ਦੱਸ ਦੇ ਨਹੀਂ ਜੇ। ਆਪਣੀ ਲੈ ਲਈ ਪੈਸੇ ਦੇ ਇਹਨੂੰ,
ਤੂੰ ਫਲੈਟ ਜਾਣਾ ਸੀ ਤੇਰੇ ਬੈਗ ਕਿੱਥੇ ਆ ਬੈਗ ਤੇਰਾ ਕੱਪੜੇ ਦਾ ਗੱਡੀ ਚੋਂ ਕੱਢ ਕੇ ਕੱਪੜੇ ਦਾ ਗੱਡੀ ਚ ਕੱਪੜੇ ਰੱਖ ਉਹ ਚੋਂ ਕੱਢ ਕੱਪੜੇ ਆਪਣੇ ਗੱਲ ਕੀ ਆ ਮੈਨੂੰ ਕੋਈ ਦਾਲ ਚ ਕਾਲਾ ਲੱਗਣ ਡਿਆ ਦੱਸ ਦੇ ਹੈ ਸਾਰੀ ਦਾਲ ਹੀ ਕਾਲੀ ਆ ਦੱਸ ਦੇਣੀ ਹੈ ਦੱਸ ਦੇਣੀ ਮੈਂ ਤਾਂ ਫੋਨ ਕਰ ਮੈਂ ਲੱਗਦਾ ਸਾਡੇ ਵਾਲ ਕੱਟੇ ਨਹੀਂ ਜਾਣੇ ਯਾਰ ਤੂੰ ਬਾਦਸ਼ਾਹ ਬਣਾਉਣ ਕੀਤਾ ਚੰਡੀਗੜ੍ਹ ਤੇਰੇ ਫਰੈਂਡ ਹੈ ਖਬਰਾਂ ਨੂੰ ਮਿਲ ਗਈ ਕਹਿੰਦੇ ਸਣੀ ਚੰਡੀਗੜ੍ਹ ਤੇ ਹੈ ਪਿਛਲੇ ਮਹੀਨੇ ਦੀ ਤਨਖਾਹ ਤੇਰੀ ਚੋਰੀ ਕਰ ਲਈ ਕਿਸੇ ਨੇ ਮਾੜਾ ਟਾਈਮ ਹੁੰਦਾ ਨਾ ਇਹ ਹੈਨਾ ਮੈਨੂੰ ਇੱਕ ਬੰਦੇ ਦਾ ਸਵੇਰੇ ਕਮੈਂਟ ਆਇਆ ਕਹਿੰਦਾ ਵੀਰ ਜੀ ਮੈਨੂੰ ਪੜ੍ਹ ਲੈਂਦੇ ਚੰਗੀ ਤਰ੍ਹਾਂ ਮੈਂ ਤੈਨੂੰ ਕਮੈਂਟ ਪੜ੍ਹ ਕੇ ਦੱਸਦਾ ਉਹ ਕਹਿੰਦਾ ਕਹਿੰਦਾ ਵੀਰ ਜੀ ਤੁਹਾਡੀ ਜ਼ਿੰਦਗੀ 'ਚ ਕੋਈ ਮੁਸ਼ਕਲ ਨਹੀਂ ਹੈਗੀ ਏਦਾਂ ਸਜ਼ਾ ਕਿਸੇ ਦੀ ਜ਼ਿੰਦਗੀ 'ਚ ਕੋਈ ਮੁਸ਼ਕਲ ਨਾ ਹੋਵੇ ਸਣੀ ਹਰ ਇੱਕ ਬੰਦੇ ਹੁੰਦੀ ਹੈ ਨਾ ਬਸ ਆਹ ਗੱਡੀਆਂ ਵੇਖ ਕੇ ਘੁੰਮਦੇ ਫਿਰਦੇ ਵੇਖ ਕੇ ਲੱਗਦਾ ਕਿ ਸ਼ਾਇਦ ਤੁਹਾਡੀ ਜ਼ਿੰਦਗੀ 'ਚ ਕੋਈ ਮੁਸ਼ਕਲ ਨਹੀਂ ਹੈਗੀ ਹੁਣ ਮੱਲਾ ਤੂੰ ਹੱਸਦਾ ਖੇਡਦਾ ਜਿਹਦੀ ਮੈਨੂੰ ਗੱਲ ਦੱਸੀ ਤੇਰੇ ਪੈਸੇ ਜੁਗੇ ਆ ਸਾਰੀ ਤਨਖਾਹ ਹੀ ਮਿਲਗੀ ਜਿੰਨੀ ਤਨਖਾਹ ਸੀ ਇੱਕ ਰੁਪਇਆ ਨਹੀਂ ਬਚਿਆ ਬੰਦੇ ਤਨਖਾਹ ਤੋਂ ਅਸਲ ਦੀ ਮਹੀਨੇ 'ਚ ਰਹਿਣ ਦਿੰਦਾ ਮਹੀਨਾ ਅਸੀਂ ਜਦੋਂ ਨੌਕਰੀ ਕਰਦੇ ਨਹੀਂ ਸੀਗੇ ਸਾਡਾ ਬਿੱਲ ਭਾਵੇਂ 10 ਤਨਖਾਹ ਪਹਿਲਾਂ ਮੇਰੀ ਤੇ ਮੈਨੂੰ ਸੋ ਤਨਖਾਹ ਹੀ ਹੁੰਦਾ ਨਹੀਂ ਸਾਡੀ ਜਦੋਂ ਮੈਂ ਪੰਜਾਬ ਪੁਲਿਸ ਪਹਿਲੀ ਵਾਰ ਭਰਤੀ ਆਇਆ ਨਾ ਮਿੱਤਰੋ ਉਦੋਂ ਸਰਕਾਰ ਨੇ ਇੱਕ ਕਾਨੂੰਨ ਲਾਗੂ ਕੀਤਾ ਕਿ ਨਵੀਂ ਭਰਤੀ ਹੋਣਗੇ ਇਹਨਾਂ ਨੂੰ 2 ਸਾਲ ਕਿ 3 ਸਾਲ 9300 ਰੁਪਈਆ ਤਨਖਾਹ ਦੇਣੀ ਆ ਅਤੇ ਸਾਨੂੰ ਉਹ 9300 ਦਾ ਇੰਨਾ ਵੀ ਜ਼ਿਆਦਾ ਚਾਹ ਹੁੰਦਾ ਸੀ ਨਾ ਅਤੇ 9300 ਨਾਲ ਸਾਰਾ ਮਹੀਨਾ ਕੱਢਦੇ ਨੇ ਇਹ ਅਤੇ ਜੇ ਉਹ ਲੇਟ ਹੋਏ ਨਹੀਂ 4-5 ਦਿਨ ਤਾਂ ਸਾਡੇ ਸਾਹ ਪ੍ਰਾਣ ਮੁੱਕ ਜਾਣਗੇ ਯਾਰ ਕਦੋਂ ਆਊਗੀ ਅਤੇ ਜੇ ਮੰਨ ਲਾ ਉਹ ਹੀ ਨਿਕਲ ਜਾਣੀ ਕਿੰਨਾ ਔਖਾ ਹੁੰਦੇ ਨੂੰ ਜਿਹੜੀ ਚੀਜ਼ ਤੋਂ ਆ ਸੀ ਜਿਹੜੇ ਖਰਚੇ ਮਿੱਥੇ ਸੀ ਸਾਰੇ ਖਰਚੇ ਕੀ ਹੁਣ ਬਗਾਨੇ ਸ਼ਹਿਰ 'ਚ ਰਹੀ ਜਾਂਦੇ ਰੈਂਟ ਦੇਣਾ ਖਾਣ ਦਾ ਖਰਚਾ ਟਰੈਵਲਿੰਗ ਦਾ ਖਰਚਾ ਸਹੇਲੀ ਨੂੰ ਲੈ ਕੇ ਜਾਣ ਦਾ ਖਰਚਾ ਮੈਂ ਤੇ ਵੀਰ ਤੈਨੂੰ ਸਾਰਾ ਉਤਲ ਪੁਤਲ ਹੋ ਗਿਆ ਨਾ ਕੰਮ ਪੁੱਤੋਂ ਰਹਿੰਦਾ ਹੁੰਦਾ ਮੋਟਰਸਾਈਕਲ ਦੀ ਆਰਸੀ ਲਾਇਸੈਂਸ ਪੈਨ ਕਾਰਡ ਆਧਾਰ ਕਾਰਡ ਨਹੀਂ ਫੜੇ ਧਾਰੇ ਵੱਖਰੀ ਗੱਲ ਕੁਦਰਤੀ ਰੱਖਣਾ ਚਾਹੀਦਾ ਰੱਬ ਨੂੰ ਪਤਾ ਨਹੀਂ ਕੁਛ ਹੈਗੇ ਆ ਹੁਣ ਸਾਡੇ ਘੁੰਮਦੇ ਨਹੀਂ ਨਾ ਸਾਨੂੰ ਤਾਂ ਰੱਬ ਦੇਈ ਜਾਂਦਾ ਜਮ੍ਹਾਂ ਨਹੀਂ ਕਰਦੇ ਇਹ ਕੋਈ ਨਾ ਕੋਈ ਚੀਜ਼ ਨਵੀਂ ਲੈ ਦੀ ਆ ਅੱਜ ਸਾਨੂੰ ਪੈਸੇ ਆਏ ਕਿਤੇ ਮੈਨੂੰ ਸਰਪੰਚ ਨੂੰ ਮੈਂ ਸਰਪੰਚ ਆ ਵਾਗੜਾ ਸ਼ੋਪਿੰਗ ਕਰਕੇ ਆਈਏ ਉਹ ਅਸੀਂ ਉਸ ਕਿਹੜੇ ਜਾਣਾ ਤੁਹਾਡੇ ਚੋਂ ਨਹੀਂ ਦੱਸੋ ਜਿਹਨੇ ਪਤਾ ਕੀ ਮੈਂ ਕੋਈ ਗੁੱਸੇ ਵਾਲੀ ਗੱਲ ਨਹੀਂ ਆਪਾਂ ਸਾਰੇ ਭਰਾਵਾਂ ਜਿਹਨੇ ਨਹੀਂ ਜਾਣਾ ਨਾ ਉਹ ਕਹਿੰਦੇ ਕਿ ਮੈਂ ਨਹੀਂ ਜਾਣਾ ਮੈਂ ਸ਼ੇਰੇ ਨੂੰ ਉਹਦੇ ਬਾਬੇ ਦੋਜੀ ਨੂੰ ਵੀ ਕਿਹਾ ਮੈਂ ਜਿਹਨੇ ਨਹੀਂ ਜਾਣਾ ਜ਼ਬਰਦਸਤੀ ਨਹੀਂ ਖੜਨਾ ਕਿਉਂਕਿ ਗੁਰੂ ਮਾਂ ਦੇ ਘਰ ਜਾਣਾ ਦੂਰ ਜਾਣਾ ਵਾ ਜਿਹਦਾ ਨਹੀਂ ਮਨ ਹੈਗਾ ਉਹ ਨਾ ਜਾਇਓ ਇਹ ਤੁਸੀਂ ਆਪਣੇ ਘਰੇ ਸਲਾਹ ਕਰ ਲਓ ਜਾਂ ਆਪਣੇ ਆਪਣਾ ਸਲਾਹ ਕਰ ਲਿਓ ਕਿਉਂ ਸਣੀ ਧੱਕੇ ਨਾਲ ਕਿਸੇ ਨੂੰ ਨਹੀਂ ਖੜਨਾ ਗੁਰਦੁਆਰੇ ਹਜ਼ੂਰ ਸਾਹਿਬ ਜਾਣਾ ਮੈਂ ਧੱਕੇ ਨਾਲ ਜੇ ਬੰਦੇ ਨੂੰ ਲੈ ਵੀ ਗਿਆ ਮਕਰਾਉਣ ਦੀ ਨਹੀਂ ਗੱਲ ਉਹ ਆਪਣੀ ਆਪਣੀ ਇੱਛਾ ਵਾ ਮੈਂ ਸ਼ੇਰੇ ਨੂੰ ਕਿਸ ਵੇਲੇ ਕਿਹਾ ਵਾ ਦੋਜੀ ਨੂੰ ਕਹਿਤਾ ਮੈਂ ਧੱਕਾ ਨਹੀਂ ਕੋਈ ਦੋਜੀ ਨਹੀਂ ਕਹਿਤਾ ਸਵੇਰੇ ਮੈਂ ਫੋਨ ਲਾ ਕੇ ਮੈਂ ਤੈਨੂੰ ਧੱਕਾ ਨਹੀਂ ਕੋਈ ਆਪਣੇ ਘਰਦਿਆਂ ਨੂੰ ਪੁੱਛ ਲਈ ਸ਼ੇਰੇ ਨੂੰ ਵੀ ਕਹਿਤਾ ਮੈਂ ਜੇ ਨਹੀਂ ਮਨ ਹੈਗਾ ਨਾ ਤੇ ਨਾ ਜਾਈ ਉੱਥੇ ਚਿੜਚਿੜ ਨਹੀਂ ਕਰਨੀ ਜਾ ਰਹੀ ਉੱਥੇ ਲੱਗ ਜਾਂਦਾ ਜਾਣ 10 ਤੇ ਲੱਗ ਜਾਣੇ ਆ ਅਸੀਂ ਘੱਟੋ ਘੱਟ ਵੀ ਯਾਰ ਕਿ ਜ਼ਿਆਦਾ ਨਹੀਂ ਤੇ ਸਾਡੀਆਂ 7-8 ਗੱਡੀਆਂ ਹੋਣੀਆਂ ਅਤੇ ਕਾਫੀ ਜਾਣੇ ਅਸੀਂ ਮਤਲਬ ਕਿ ਮੈਂ ਜਿੰਨੇ ਸੱਜਣ ਮਿੱਤਰ ਸੀ ਨਾ ਆਪਣੇ ਸਰਕਲ ਦੇ ਮੈਂ ਸਾਰਿਆਂ ਨੇ ਇੱਕ ਫੋਨ ਘੁਮਾਤਾ ਵੀ ਜਿਹੜੇ ਜਾਣ ਦੇ ਚਾਹ ਬਣ ਹੈਗੇ ਆਪਾਂ ਕਹਿੰਦੇ ਹਾਂ ਜੇ 22-23 ਤਰੀਕ ਨੂੰ ਤੁਰਦੇ ਹਾਂ 22-25 ਤੋਂ ਪਹਿਲਾਂ ਤੁਰ ਪਵਾਂਗੇ ਆਪਾਂ ਬਾਕੀ ਇਹ ਕਿ ਆਪਣਾ ਆਪਣੇ ਕੰਮ ਨਿਬੇੜ ਲਿਓ ਜਾਂ ਕੱਪੜੇ ਕੁੱਪੜੇ ਕਰ ਜਿਹਨੇ ਜਾਣਾ ਵਾ ਮੈਨੂੰ 20 ਤਰੀਕ ਨੂੰ ਦੱਸ ਦੇ ਜਾਂ 19 ਤਰੀਕ ਨੂੰ ਹੈ ਨਾ ਫਿਰ ਉਸੇ ਨਾਲ ਬਾਕੀ ਬੰਦੇ ਗੱਡੀਆਂ ਦੇ ਵਿੱਚ ਬਹਿਣ ਕੋਲੋਂ ਦੱਸ ਸਿਸਟਮ ਕਰਨਾ ਆਪਣਾ ਸਨੀ ਕਰਾ ਦੇ ਕਰਾਓਕੇ ਰਿਪੋਰਟ ਦੀ ਹੈ ਸਾਡਾ ਜਿਹੜੀ ਮਹੀਨਾ 2 ਮਹੀਨੇ ਲੋੜ ਨਾ ਲਵੇ
ਬੜਾ ਸ਼ੈਤਾਨ ਤੂੰ ਕੱਟਦਾ ਹੁੰਦੀ ਆ ਕਿ ਜਿੰਨੇ ਕੁ ਦਸ ਦਿਨ ਬਾਅਦ ਫਿਰ ਆ ਰਹੀ ਹੈ ਹੈਂ ਫਿਰ ਕਰ ਲਾਂਗੇ ਘਰ ਦੇ ਖੇਤੀ ਹੈ ਦੱਸ ਦਾਣੀ ਕੀ ਆਂਦਾ ਆਵਾਜ਼ ਕਰਾ ਕੀ ਚਾਹੀਦਾ ਭਟੂਰੇ ਮੰਗਾਦਾ ਬਾਹਰੋਂ ਖਾਣ ਨੂੰ ਕੁਲਚੇ ਛੋਲੇ ਦੱਸ ਚਾਹੀਦਾ ਕੀ ਆਵਾਜ਼ ਕਰਾ ਖਾਣਾ ਕੀ ਆ ਗੋਰੀ ਗਿਆ ਬਾਹਰ ਮੈਨੂੰ ਵੈਸੇ ਕਹਿੰਦਾ ਕਹਿੰਦਾ ਖਾਣਾ ਕੁਝ ਮੈਂ ਤੁਸੀਂ ਤਾਂ ਸਾਰੇ ਡੈਡਿੰਗ ਕਰਦੇ ਹੋ ਮੈਨੂੰ ਹੈਂ ਹਿੱਲ ਵੀ ਨਹੀਂ ਹਿੱਲ ਜਾ ਕੇ ਗੋਰੀ ਨੂੰ ਜਦੋਂ ਅੰਦਰ ਆਏਗਾ ਹਿੱਲ ਲਿਆ ਜੀ ਦੱਸਾਂ ਸਾਲਾ ਬਹਿ ਗਿਆ ਅੰਦਰ ਆ ਕੇ ਲੱਗਦਾ ਵੈਸੇ ਕਰਦੇ ਨੂੰ ਕਰਦਾ ਜੀ ਓਕੇ ਰਿਪੋਰਟ ਹਾਂ ਸਰ ਪੰਜਾਂ ਦੋ ਪੰਗੇ ਲਈ ਜਾਂਦਾ ਸਹੀ ਲਵਾ ਦੱਖ ਦਿਨ ਨਾਲ ਇਹਦੇ ਦੱਖ ਦਿਨ ਲਵਾ ਇੱਧਰ ਫੱਬ ਨੂੰ ਡਿਆ ਜੀ ਅੱਜ ਬੁਰਸ਼ ਥੋੜ੍ਹਾ ਕਿਹੜਾ ਸੁਣਦਾ ਇਹਦੇ ਮੈਂ ਤੇ ਪੁਰਸ਼ ਨੂੰ ਦਾਹੀ ਤੂੰ ਕਿਹੜਾ ਫੜ ਲੈ ਇਹ ਦੂਜਾ ਪੁਰਸ਼ ਪਹਿਲੀ ਵਾਰ ਆਣਾ ਆਪਾਂ ਸਵਾਲਾ ਮੈਂ ਕਿ ਤੈਨੂੰ ਨੂੜੇ ਕੰਮ ਨਹੀਂ ਕਰਨ ਦੇ ਕਿਤੇ ਸਾਥ ਨਹੀਂ ਲਾਉਣੇ ਬਣੇ ਲੱਗਦੇ ਨਹੀਂ ਹੁਣ ਇੱਦੀ ਦੀ ਮੈਲ ਲੱਗੀ ਕਿ ਚੀਤੇ ਤੇ ਕੱਲ ਰਾਤਾਂ ਮੈਂ ਮਸ਼ੀਨ ਜੀ ਹੈ ਸਣੀ ਹਾਂਜੀ ਦੇ ਜੀ ਪਤਾ ਤੈਨੂੰ ਹਾਂਜੀ ਮੈਂ ਨਾ ਕਿੱਡਾ ਜਾਣਾ ਫਿਰ ਦੋ ਕਿ ਮਿੰਟ ਨਾਲ ਕੰਮ ਕਰ ਲੂ ਉਥੇ ਹਾਂ ਜਣਾ ਕਿੱਡਾ ਆ ਬਾਲ ਲੱਗੇ ਤੇ ਲੱਕੜ ਨਾਲ ਆ ਵੇਲਾ ਸਾਰਾ ਤੈਨੂੰ ਪਤਾ ਲੱਗਦਾ ਕਿੱਥੇ ਬਾਲ ਲੱਗੇ ਹਨਾ ਛੇਤੀ ਕੰਮ ਸਿੱਖ ਜਾਏਗਾ ਛੇਤੀ ਕੰਮ ਸਿੱਖ ਜਾਏਗਾ ਸਮਝ ਲੱਗੇ ਕਿਦੂਆ ਸਣੀ ਦੁਬਾਰਾ ਦੱਕ ਦੇਣਾ ਸਹੀ ਗੱਲ ਗੁਰੂਆ ਸਿੱਖ ਲੈਣ ਵਾਲੇ ਬੰਦਾ ਸਣੀ ਘਰ ਦਾ ਯਾਰ ਆਪਣਾ ਗੁਰੂ ਕਿੱਥੇ ਲੱਗਦਾ ਗਾਣਾ ਆਪਣੇ ਲੱਗਦਾ ਤੇਰਾ ਬੜਾ ਹੋਈ ਯੂਕੇ ਰਿਪੋਰਟ ਅਗਲੀ ਕੜੀ ਨੂੰ ਜਮਾ ਓਕੇ ਹੈ ਨਾ ਸਣੀ ਪਰ ਆਪਾਂ ਜਦ ਨੀ ਵਧਾਉਣੇ ਸਾਨੂੰ ਟੱਚ ਰੱਖਣਾ ਭਰਵਾਉਣੀ ਟੱਚ ਥੋੜ੍ਹਾ ਜਿਹਾ ਨਾ ਸਰੀਰ ਹੋ ਜਾਣਾ ਤੁਰਕੇ ਚੱਲ ਜਾਈਏ ਉਹ ਮੋਲ ਜਾਣਾ ਮਾੜਾ ਹੈ ਤੁਰਕੇ ਚੱਲ ਜਾਂਦੇ ਉੱਥੇ ਗੱਡੀ ਲਾਉਣ ਥਾਂ ਨੀ ਹੁੰਦਾ ਕੀ ਕਰੇਗਾ ਬਾਅਦ ਚੋਂ ਹਾਂ ਸਾਹਮਣੇ ਲੈ ਜਾਣਾ ਕੀ ਹੋਈ ਤੂੰ ਸਾਡੇ ਨਾਲ ਲੱਗਣ ਨੀ ਡਿਆ ਹਜੇ ਸਾਨੂੰ ਮੇਰੇ ਤਾਂ ਲੱਗਦਾ ਵੱਖਰਾ ਆਇਆ ਨਾ ਤੇ ਕੱਪੜੇ ਵੀ ਖੋਣੇ ਦੇ ਸਾਨੂੰ ਕਸਟਮਰ ਹੁੰਦੇ ਅਸੀਂ ਇਹ ਤਾਂ ਕਿਹੜੀ ਗੱਲ ਹੈ ਇਹ ਤਾਂ ਕੈਫੇ ਕੈਫੇ ਖੜ ਕੇ ਫਿਰ ਕਰਦੇ ਗੱਲ ਕੈਫੇ ਮੱਠੀ ਮੱਠੀ ਕਰਕੇ ਸ਼ੋਪਿੰਗ ਯਾਰ ਹੁਣ ਆ ਗਏ ਜੇ ਗੱਡੀ ਦੇ ਵਿੱਚ ਬੰਦੇ ਹੋ ਗਏ ਜਾਵੇ ਦੂਜੀ ਗੱਡੀ ਤੱਕ ਔਖੇ ਸੌਖੇ ਹੋ ਗਏ ਉਹ ਗੱਡੀ ਇੱਧਰ ਨਾਲ ਵਜੂ ਬਾਰੀ ਤੇ ਚੱਲ ਯਾਰ ਇਹਨਾਂ ਨੇ ਗੱਲ ਕੀ ਆ ਕਾਮਰਾਜ ਖਾ ਲਿਆ ਤੂੰ ਤੇ ਨਾਲ ਦੀ ਤੇਰੀ ਮਿਲੀ ਨੀ ਆ ਤੇ ਕੰਮ ਹੋ ਗਿਆ ਖਰਾਬ ਅਸਲ ਗੱਲ ਪਤਾ ਕੀ ਮੈਂ ਤੈਨੂੰ ਦੱਸਦਾ ਇਹਨੇ ਚੁੱਕੇ ਬੈਗ ਬੁਗ ਤਿੰਨ ਚਾਰ ਇਹਨੇ ਕਿਤੇ ਮੈਂ ਤੈਨੂੰ ਦੱਸਦਾ ਇੱਕ ਮਿੰਟ ਮੇਰੀ ਗੱਲ ਸੁਣੋ ਰੂਬੀ ਕੋਲ ਖੋਲ ਫੋਨ ਕੀਤਾ ਹੱਲਿਆ ਮੈਨੂੰ ਉੱਤੇ ਜਿਮ ਚ ਅੱਛਾ ਰੂਬੀ ਕੋਲ ਦੀ ਬੈਗ ਕੱਢੇ ਤੁਰਿਆ ਜਾਵੇ ਤੇ ਨਾਲ ਤਾਂ ਉਹਨੂੰ ਵੇਖੀ ਜਾਵੇ ਬੜੇ ਚੌੜਾ ਗਿਆ ਖਿੱਚ ਕੇ ਮਾਰੀ ਡਿੱਗੀ ਰੂਬੀ ਕੋਲ ਆਉਂਦੀ ਇਹਨਾਂ ਨੇ ਚੌੜਾ ਤੁਰਿਆ ਜਾਵੇ ਡਿੱਗੀ ਨੂੰ ਦੱਸ ਓਏ ਚੁੱਪ ਕਰ ਹੋਰ ਡਿੱਗੀ ਨੂੰ ਦੱਸ ਮੈਂ ਸਾਡ ਨੂੰ ਸੁੱਟ ਕੋਣ ਗੱਲ ਸੁਣ ਲਾ ਫਿਰ ਗੱਲ ਦੀ ਮਾਂ ਭੈਣ ਇੱਕ ਕਰੀ ਜਾਂਦਾ ਨਹੀਂ ਗਿਆ ਤੇ ਬੈਗ ਫੜ ਕੇ ਤੇ ਮੈਂ ਦੇਖੇ ਤੂੰ ਬੜੇ ਭਾਈ ਪੂਰੀ ਦਾ ਮੋਟਰਾਂ ਨਹੀਂ ਦਾ ਪਿੰਡ ਚੱਲਿਆ ਦਾ ਬੜੇ ਦਿਨ ਪਤਾ ਨਹੀਂ ਕਿੱਥੇ ਰਹਿ ਗਏ ਹੋਣਾ ਨਾ ਸ਼ਿਮਲੇ ਸ਼ੁਮਲੇ ਪਤਾ ਨਹੀਂ ਕਿੱਧਰ ਜਾਣਾ ਝੋਲੇ ਦੇ ਆ ਚੁੱਕੇ ਇੱਕ ਝੋਲਾ ਇੱਧਰ ਮੁਕਾਇਆ ਕਿ ਇੱਧਰ ਔਖਾ ਗਿਆ ਤੂੰ ਗਿਆ ਏਡਾ ਤੂੰ ਔਖਾ ਤੈਨੂੰ ਪਤਾ ਫਿਰ ਮੁੜ ਕੋਲ ਖੋਤੀ ਬੋਹੜ ਥੱਲੇ ਆਉਂਦੀ ਆ ਨਹੀਂ ਗਿਆ ਗਿਆ ਵੀ ਬੜੇ ਫੋਨ ਚ ਆਇਆ ਕਿਉਂ ਬਸ ਚੜੇ ਦਾਦੇ ਮਾਸਕ ਮੈਂ ਪੁੰਦਰਾ ਜਿਹੜੀ ਕੈਬ ਤੇ ਗਿਆ ਨਾ ਉਹ ਤੇ ਵਾਪਸ ਆਇਆ ਉਸਤਾ ਜੀ ਇਹ ਪਤਾ ਕਿੱਥੇ ਚੱਲਿਆ ਸੀ ਨਹੀਂ ਇਹਨੂੰ ਮੈਂ ਵੀ ਪੁੱਛਿਆ ਫੋਨ ਤੇ ਤੇ ਆਂਦਾ ਮੈਂ ਇਹ ਨਾਲ ਦੀ ਕੋ ਰਾਤ ਰਹਿਣਾ ਤੇ ਮਹਾ ਆਪਾਂ ਪਿੰਡ ਜਾਣਾ ਸ਼ਾਮਾਂ ਨੂੰ ਅੱਜ ਚੱਲ ਮੈਨੂੰ ਫਿਰ ਵੱਡੇ ਰੋਡ ਤੋਂ ਬਾ ਲਿਓ ਇਹ ਗੱਲ ਤੂੰ ਨਹੀਂ ਕਹੀ ਨਹੀਂ ਕਹੀ ਇਧਰ ਕਹਦੇ ਵੀ ਨਹੀਂ ਕਹੀ ਜਾਂ ਕਹਦੇ ਨਹੀਂ ਕਹੀ ਕਹਦੇ ਕਿੱਦਾਂ ਕਹਦੇ ਮੈਂ
ਹਾਂਜੀ ਕਿੱਥੇ ਮਹਾ ਆ ਵਾਲ ਕਟਾਉਣ ਲੱਗੇ ਆ ਤੇ ਠੀਕ ਹੈ ਮਹਾ ਤੂੰ ਕਿੱਥੇ ਮੈਂ ਫਲੈਟ ਜਾਣ ਦਿਆਂ ਤੇ ਮਹਾ ਚਾਬੀ ਹੈਗੀ ਕੋਲ ਨਹੀਂ ਕਾਮਰਾ ਚੜੇ ਪੱਕੀ ਗੱਲ ਮੂੰਹ ਲਾ ਲਾ ਕੁੜੀ ਕੈਫੇ ਭਾ ਕੇ ਪੁੱਛਦੇ ਤੈਨੂੰ ਸਾਰੀ ਗੱਲ ਕੀ ਗੱਲ ਗੱਲ ਕੀ ਹੋਈ ਹੈ ਕਿੰਨਾ ਕੰਮ ਨਹੀਂ ਡਬਲ ਉੱਥੇ ਗੱਡੀ ਕੱਢ ਲਈ ਕੈਫੇ ਭਾਗੇ ਪੁੱਛਦੇ ਕਾਫੀ ਪੈ ਗਈ ਸੋਮਣ ਕਰੀਏ ਬੰਦਾ ਆਪਣਾ ਗੁਰੂਆ ਕੋਈ ਗੱਲ ਨਹੀਂ ਸੋਮਣ ਕਰਨਾ ਸੀਲ ਤੋਂ ਗਿਆ ਚੰਗੇ ਚੰਗੇ ਭਲੇ ਬੰਦੇ ਆ ਫੁੱਦੂ ਸਾਰੇ ਮੇਰੇ ਪੱਲੇ ਗੋਰੀ ਨਾਲ ਉੱਧਰ ਜਿਹੜੇ ਦੋ ਚੰਗੇ ਬੰਦੇ ਕੁੜੀ ਦਾ ਪੁੰਦਰਾ ਬਹੁਤ ਜ਼ਿਆਦਾ ਤਾਹੀਂ ਬੜੇ ਬੋਲਾਂ ਰਾਤ ਵੀ ਅੱਜ ਸਾਡੀ ਆ ਪਹੁੰਚ ਗਈ ਯਾਰ ਨੀ ਆਪਣੇ ਯਾਰੀ ਮਾਰਕੀਟ ਚ ਇਹ ਮਾਰਕੀਟ ਜਿਹੜੀ ਫੀਲਿੰਗ ਹੈ ਨਾ ਗਾਲੀ ਵੀਰ ਮੈਂ ਕੈਫੇ ਸਾਈਡ ਤੇ ਬਹਿ ਗਿਆ ਮੈਂ ਗੱਲ ਕਰਨੀ ਕੱਲੇ ਨਾਲ ਯਾਰ ਕੋਈ ਦੁੱਖ ਤਕਲੀਫ ਹੋਵੇ ਪਤਾ ਕੀ ਭਰਾਏ ਭਰਾਵਾਂ ਦੀ ਬਾਹਾਂ ਬਣਦੇ ਹੁੰਦੇ ਆ ਨਹੀਂ ਨਹੀਂ ਮੈਂ ਨਾ ਡਬਲ ਸ਼ਾਟ ਮੈਨੂੰ ਪਤਾ ਕਾਲੀ ਤੂੰ ਕਿਉਂ ਜਾਣਾ ਭੱਜ ਭੱਜ ਕੇ
ਸਾਨੂੰ ਲੱਗ ਗਿਆ ਪਤਾ ਥੋੜਾ ਜਿਹਾ, ਸਾਨੂੰ ਤੇਰੇ ਤੇ ਗਲਤ ਸ਼ੱਕ ਜਿਹਾ ਪੈਣ ਦੇ ਤੇਰੇ ਤੇ, ਸਾਨੂੰ ਚਾਹੀਏ ਸਾਨੂੰ ਗੱਲ ਜਿਹੜੀਆਂ ਮੇਹਨਤ ਨਾ ਮਾਡਲਾਂ ਉੱਥੇ ਸਾਰੀਆਂ ਜਿਹੜੀਆਂ ਆਉਂਦੀਆਂ ਫਿਰ ਉੱਥੇ ਕਰਨਾ ਟੇਡ ਕਰਾਇਆ ਨੀ ਪਹਿਲਾਂ ਟੇਡ ਹੈ ਨੀ ਜਾਂ ਰਾਤ ਤੁਸੀਂ ਵੀ ਨੀ ਕਰਦਾ ਕਦੇ ਕੀ ਕੌਫੀ ਪਿਉਣੀ ਆ ਆ ਜਾਂਦੇ ਉਹ ਗੱਲ ਤਾਂ ਸੁਣ ਚੋਰ ਪੈਂਦੇ ਨੇ ਇਧਰ ਕਹਿੰਦੇ ਨੇ ਮਾਮਾ ਨਹੀਂ ਪਤਾ ਨਾ ਆਰਡਰ ਦਿਆ ਕਰ ਮੈਂ ਪੈਸੇ ਖਰਾਬ ਕਰ ਤੂੰ ਜਿੰਨੀ ਮਰਜ਼ੀ ਧੌਣ ਲਗਾ ਲਾ ਤੇਰੇ ਨਿਸ਼ਾਨ ਜੇ ਆ ਗਏ ਆ ਠੀਕ ਹੈ ਨਾ ਜਿੰਨੀ ਮਰਜ਼ੀ ਧੌਣ ਲਗਾਈ ਯਾਰ ਦੱਸ ਵਜੇ ਕੀ ਕਰਾਇਆ ਇਹ ਆਪਾਂ ਕੀ ਕਰਾਇਆ ਮਿੱਠਾ ਕੌੜਾ ਕੀ ਤੇਰਾ ਦੂਜਾ ਛੋਟ ਦੇ ਤੈਨੂੰ ਦੱਸਾਂ ਤੂੰ ਮਾਮਾ ਤੀਲਾ ਬਣਦਾ ਇਹਨਾਂ ਛੋਟ ਪੀ ਪੀ ਕੇ ਲੁਧਿਆਣੇ ਦੀ ਨੀ ਗੱਲ ਭਾਵੇਂ ਮੇਰੇ ਜਲੰਧਰ ਜਾ ਭਾਵੇਂ ਗਿਆ ਚੰਡੀਗੜ੍ਹ ਬੁਰਾ ਬੁਰਾ ਹਾਲ ਕਰੀ ਜਾਂਦਾ ਛੋਟ ਪੀ ਪੀ ਕੇ ਅੱਧਾ ਖਾਲਾ ਤੂੰ ਪੇੜੀ ਸੁੱਟ ਪੈਣੀ ਅੱਜ ਗਾੜੀ ਸੁੱਟ ਲੈਣੀ ਤੇਰੇ ਕੱਲੇ ਚਿਮਚੇ ਹੱਥ ਰਹਿਣੇ ਉਹਨੂੰ ਕੀ ਲੋੜ ਪਈ ਆ ਪੈਰ ਤੇ ਲਾਉਣੀ ਉਹਨਾਂ ਨੇ ਜੇ ਚੱਲ ਜਾਂਦਾ ਫਲੈਟ 'ਚ ਚਿਮਚੇ ਹੱਥ ਰਹੇ ਨੇ ਤੂੰ ਪਲੇਟ ਵੀ ਸੁੱਟ ਲੈਣੀ ਸੀ ਆ ਰੂਮ ਚ ਡਿੱਪਣਾ ਉੱਥੇ ਭੁੱਲਰ ਘਰ ਨਾ ਉੱਥੇ ਇੱਧਰ ਆ ਦੋ ਦਿਨ ਬਸ ਹੀ ਕੀਤੀ ਜਿਹੜਾ ਮੇਰਾ ਫੇਰ ਜਿਮ ਨੂੰ ਜੀ ਕਰੀ ਜਾਂਦਾ ਯਾਰ ਮੈਂ ਕੀ ਕਰਾਂ ਫੇਰ ਜਿਮ ਜਾਉਂ ਹਾਂ ਹਣਾ ਸਹੀ ਗੱਲ ਮੈਂ ਕੀ ਨਵੀਂ ਹੋਈ ਕੀ ਮੇਰਾ ਫੇਰ ਜਿਮ ਨੂੰ ਜੀ ਕਰੀ ਜਾਂਦਾ ਜੀ ਭਰਜਨੇ ਪਈ ਹਾਂ ਪਰ ਮੰਨੇ ਨਾ ਲਾਉਣਾ ਨਹੀਂ ਮੇਰਾ ਜਿਹਦਾ ਜਿਮ ਲਾ ਲਈ ਗਾੜੀ ਨਾ ਕਰ ਲਈ ਘੜੀ ਯਾਰ ਕੀ ਕਹਿੰਦੇ ਜੀ ਹਵਾਲ ਕਰਾਓ ਤੁਸੀਂ ਚੱਲ ਵੀ ਮਿੱਤਰਾ ਚੱਲੀਏ ਕਰਾਂ ਫਲੈਟ ਫੇਰ ਮੈਨੇ ਕੀ ਮਾਹੌਲ ਚੱਲ ਬਣਦਾ ਭੁੱਖ ਵੀ ਲੱਗੀ ਉੱਥੋਂ ਖਾਈ ਆਪਣੀ ਫਲੈਟਾਂ ਪਾ ਰੋਟੀ ਯਾਰ ਖਾਣੀ ਕਿਹਨੇ ਰੋਟੀ ਖਾਣੀ ਕਿਹਨੇ ਰੋਟੀ ਖਾਂਦਾ ਕੋਈ ਚਾਹ ਬਣਾਵੇ ਦੱਸ ਸਕਦਾ ਮੈਂ ਤਾਂ ਖਾਊਂਗਾ ਰੋਟੀ ਖਾਂ ਮੇਰਾ ਦਿਲ ਕਰਨ ਡਿਆ ਕੁਛ ਨੀ ਹੈਗਾ ਉਹ ਨਹੀਂ ਉਸਤਾਦ ਜੀ ਕੋਈ ਗੱਲ ਨੀ ਟੈਨਸ਼ਨ ਲਈ ਦਿੰਦੀ ਮਾਮਾ ਦੱਸ ਨਹੀਂ ਕੋਈ ਮਿਲੀ ਉਸਤਾਦ ਨੇ ਫੇਰ ਰਹਿਣ ਦੇ ਉਹ ਕਹਿ ਦਿੰਦੇ ਨਹੀਂ ਕੋਈ ਮਿਲੀ ਤੂੰ ਨਹੀਂ ਤੂੰ ਇੱਕ ਮਿੰਟ ਮੈਂ ਸੁਣੋ ਸੁਣੇਗਾ ਬੈਗ ਚੁੱਕੇ ਗਿਆ ਸੀ ਮਰੀ ਪਈ ਜਾਂਦੇ ਆਪਣਾ ਕੋਕੋ ਨੀ ਭੇਜਦਾ ਹੁੰਦਾ ਕੁੜੀ ਦਾ ਪਾਣੀ ਤੇਰੇ ਗੁੱਸੇ ਨੀ ਪਤਾ ਕਰਕੇ ਇਹਨਾਂ ਮੈਨੂੰ ਭੇਜਦਾ ਭੈਣ ਚ ਤੂੰ ਸਾਰਾ ਏਦਾਂ ਦੇਖੀ ਜਾਂਦਾ ਹੈ ਅਸਲ ਚ ਮੈਂ ਦੱਸਦਾ ਗੱਲ ਮੇਰੇ ਮੁੱਕ ਵਿਆਹ ਨੀ ਜਾਣ ਡਿਆ ਇਹਨੇ ਕਿਸੇ ਨੂੰ ਮੈਸੇਜ ਮੁਸੀ ਕੀਤਾ ਉਹਨੇ ਕਿਹਾ ਮੇਰੇ ਫਲੈਟ ਹੀ ਆ ਜਾਓ
ਇਸ ਨਾਲ ਫਲੈਟ ਦੇ ਬਾਹਰੋਂ ਮੁੜਿਆ ਨੂੰ ਸ਼ੱਕ ਪੈ ਗਿਆ ਕੁੜੀ ਕੰਮ ਖਰਾਬ ਨਾ ਲੱਗੇ ਜੀ ਮੈਂ ਓਦਾਂ ਕਿਤੇ ਗਿਆ ਹੋਰ ਜਾਂਦਾ ਤਿੰਨ ਚਾਰ ਓਦਾਂ ਕਿਸੇ ਗਿਆ ਬੈਗ ਤੂੰ ਲੈ ਗਿਆ ਸਾਰਿਆਂ ਬੰਦਿਆਂ ਦੇ ਭੈਣ ਜਿੱਦਾਂ ਫਲੈਟਾਂ ਜਾਂਦੀਆਂ ਮੈਨੂੰ ਪਤਾ ਸਭ ਨੂੰ ਗੱਡੀ ਮੈਂ ਲਈ ਆ ਸਾਰੇ ਬੰਦਿਆਂ ਨੂੰ ਕੱਪੜੇ ਲੈ ਗਏ ਆ ਸ਼ੂਟ ਕਰਨਾ ਰਹਿਣੇ ਬਾਈ ਸਹੀ ਲੱਗ ਗਏ ਤੇ ਸਟਾਰਟ ਕਰਿਆ ਚੱਲ ਵੇ ਭਾਈ ਚੱਲੀਏ ਚਲੋ ਚਲੋ ਬਾਹਰ ਵੀ ਟ੍ਰੈਫਿਕ ਬੜੀ ਲੱਗੀ ਆ ਕਹਿੰਦੇ ਵਿੱਕੀ ਕੌਸਲ ਨੇ ਆਉਣਾ ਮਾਲ ਦੇ ਵਿੱਚ ਤੇ ਇੱਥੇ ਚੱਕਾ ਜਾਮ ਹੋਇਆ ਪਿਆ ਯਾਰ ਹੁਣ ਦੇ ਪਾਲੀਆਂ ਗੱਡੀਆਂ ਚੋਰ ਰਾਹ ਥਾਣੀ ਹੈ ਗਾੜੀ ਜਾਮ ਬੜਾ ਸੀ ਤੇ ਮੈਂ ਕਿਹਾ ਹੁਣ ਤਾਂ ਤੁਸੀਂ ਰਾਹਾਂ ਦਾ ਮੈਨੂੰ ਮਾੜਾ ਮੋਟਾ ਨਾ ਮਹਾਲੀ ਮੈਨੂੰ ਕਹਿੰਦੇ ਦੋ ਤਿੰਨ ਸਾਲ ਆ ਗਏ ਮੈਨੂੰ ਮਿੱਠੇ ਮਿੱਠੇ ਰਾਹਾਂ ਦਾ ਲੱਗ ਗਿਆ ਪਤਾ ਤੇ ਬਾਕੀ ਮੈਂ ਕਮੈਂਟ ਪੜ੍ਹਨ ਲਿਆ ਸੀ ਇੱਕ ਵੀਰ ਦਾ ਬਾਹਰ ਹੀ ਵੀਰ ਕੋਈ ਡਿਊਟੀ ਜਾਡੀ ਕਰ ਦੇਣਾ ਹਨਾ ਕਹਿੰਦਾ ਭਰਾਵਾ ਖਾਣ ਪੀਣ ਚੀਜ਼ਾਂ ਨਾ ਪਾਇਆ ਕਹਿੰਦਾ ਰਾਤ ਜਿਹਨੂੰ ਸੈਂਡਵਿਚ ਵੇਖ ਲਿਆ ਕਹਿੰਦਾ ਕੁੜੀ ਆ ਭੁੱਖ ਲੱਗ ਗਈ ਉਹ ਕਹਿੰਦਾ ਨਾ ਪਾਇਆ ਕਰੋ ਜਾਣ ਮੇਰੀ ਅਸੀਂ ਜੋ ਕੁਝ ਕਰਦੇ ਰਹੀ ਤਾਂ ਖਾਂਦੇ ਪੀਂਦੇ ਨਹਾਉਂਦੇ ਧੋਂਦੇ ਬਸ ਨਹਾਉਂਦੇ ਧੋਂਦੇ ਨੀ ਉਹ ਵੀ ਵਿੱਚ ਬੱਚੇ ਨਹਾਉਂਦੇ ਤਾਂ ਵੀ ਪਾ ਦੀਦਾ ਇਹ ਗੱਲ ਕਹਦੀ ਹੈ ਕਿ ਚੀਜ਼ ਜੋ ਕਰੀ ਦੀ ਖਾਈ ਪੀ ਦੀ ਤੁਹਾਨੂੰ ਵਿਖਾ ਦੀ ਬਈ ਗੱਲ ਏਦਾਂ ਵਾ ਕਿ ਹੁਣ ਵੀ ਨਾ ਮੇਰੇ ਕੋਲ ਬੋਲਿਆ ਨੀ ਗਿਆ ਡਿਆ ਮੈਨੂੰ ਨਾ ਉਹ ਚਿਕਨ ਦਿਖਣ ਡਿਆ ਜਿਹੜਾ ਆਪਾਂ ਉੱਥੇ ਖਾਂਦੇ ਹੁੰਦੇ ਨਾ ਆਪਣੇ ਮੰਨੇ ਗੋਰੀ ਉਹ ਦਿਖਣ ਡਿਆ ਮੈਨੂੰ ਮੇਰੇ ਅੱਖਾਂ 'ਚ ਵੱਜਣ ਡਿਆ ਉਹ ਆਪਾਂ ਜਾ ਕੇ ਹੁਣ ਖਾਣਾ ਹੈ ਅਤੇ ਉਹ ਮੈਨੂੰ ਲੱਗੀ ਉਹ ਭੁੱਖ ਤੇ ਹੁਣ ਮਿੱਤਰ ਤੁਹਾਨੂੰ ਫਿਰ ਜਾ ਕੇ ਵਿਖਾਉਣਾ ਜੀ ਕਿ ਮੈਂ ਅਸੀਂ ਆਹ ਚਿਕਨ ਖਾਣਾ ਹੁਣ ਹੈ ਗੱਲ ਕਰਦੀ ਕਿ ਜਦੋਂ ਆਪਣਾ ਵਲੋਗ ਵੇਖਦੇ ਹੁੰਦੇ ਜੀ ਨਾ ਲਾਗੇ ਕੋਈ ਨਾ ਕੁਛ ਖਾਣ ਪੀਣ ਲਈ ਰੱਖ ਲਿਆ ਕਰੋ ਭਰਾ ਮੇਰੇ ਹੈ ਪੌਪਕੋਰਨ ਬਣਾ ਕੇ ਰੱਖ ਲਿਆ ਕਰੋ ਭੁਜੇ ਛੋਲੇ ਰੱਖ ਲਿਆ ਕਰੋ ਨਾਲ ਗ੍ਰੀਨ ਟੀ ਪੀ ਲਿਆ ਕਰੋ ਚੰਗੀਆਂ ਚੀਜ਼ਾਂ ਖਾ ਸਕਦੇ ਤੁਸੀਂ ਵਲੋਗ ਦੇ ਨਾਲ ਨਾਲ ਹੈ ਬਾਕੀ ਤੁਹਾਨੂੰ ਮੈਂ ਇੱਕ ਗੱਲ ਦੱਸਦਾ ਅੱਧੀਆਂ ਚੀਜ਼ਾਂ ਜਿਹੜੀਆਂ ਆਪਾਂ ਵਲੋਗ 'ਚ ਖਾਣ ਪੀਣ ਲਈ ਰੱਖੀਆਂ ਹੁੰਦੀਆਂ ਨਾ ਉਹਨਾਂ 'ਚ ਮੈਂ ਕੁਛ ਚੀਜ਼ਾਂ ਨਹੀਂ ਖਾਂਦਾ ਮੇਰੇ ਨਾਲ ਦੇ ਸੱਜੇ ਮਿੱਤਰ ਖਾਣ ਦੇ ਹੁੰਦੇ ਜੇ ਇਹ ਨਾ ਹੋਵੇ ਮੇਰੇ ਨਾਲ ਵੇਖਦੇ ਤੁਸੀਂ ਖਾ ਪੀ ਕੇ ਤਾਂ ਆਪਣੇ ਢਿੱਡ ਵਧਾ ਲਓ ਇਹਨਾਂ 'ਚ ਅੱਧੀਆਂ ਚੀਜ਼ਾਂ ਮੈਂ ਨਹੀਂ ਖਾਂਦਾ ਹੈ ਕਿ ਜਿਹੜੇ ਤੁਹਾਨੂੰ ਲੱਗਣ ਡਿਆ ਤਲੀਆਂ ਚੀਜ਼ਾਂ ਵਾ ਜ਼ਿਆਦੀਆਂ ਉਹ ਮੇਰੇ ਨਾਲ ਦੇ ਬੰਦੇ ਡਾਉਣ ਦੇ ਹੁੰਦੇ ਆ ਹੈ ਆ ਗਿਆ ਫੋਨ ਆ ਗਿਆ ਇਹ ਕਹਿੰਦਾ ਕਹਿੰਦਾ ਠਾ ਪੈਸ ਹੈਲੋ ਮੈਂ ਰਾਤ ਨੂੰ ਕਹੋ ਕੇ ਪਿੰਡ ਚਲ ਜਾਣਾ ਮਿਲੀ ਵਾਰ ਅਗਲੀ ਵਾਰ ਮਿਲੂੰਗਾ ਪੀਓ ਤੈਨੂੰ ਅਗਲੀ ਵਾਰ ਮਿਲੂੰਗਾ ਪੁੱਤ ਹੈ ਇਹ ਹੁਣ ਮਿਲਿਆ ਨੀ ਜਾਣਾ ਭਾਜੀ ਨੀ ਆ ਗਿਆ ਨੇ ਆਪਣੀ ਫਲੈਟਾਂ ਵਾਲੀ ਮਾਰਕੀਟ ਦੇ ਵਿੱਚ ਜਿਹੜਾ ਸਕੂਨ ਇੱਥੇ ਆ ਕੇ ਮਿਲਦਾ ਨਾ ਭੁੱਲੀ ਇਹ ਭੁੱਲਰੀ ਕਾਹਨੂੰ ਗੱਲਾਂ ਦੇ ਦੇਣੇ ਰੋਟੀਆਂ ਲਿਆਈਏ ਨੇਰੀ ਇੱਕ ਵਾਰ ਕੋਈ ਗੱਲ ਨੀ ਚੀਟ ਮਿਲ ਸਹੀ ਅੱਜ ਜਿਹੜੇ ਭਰਾਵਾਂ ਨੂੰ ਵੇਖ ਕੇ ਭੁੱਖ ਲੱਗਦੀ ਆ ਉਹ ਅਗਲਾ 2 ਮਿੰਟ ਦਾ ਵਲੋਗ ਨਾ ਵੇਖਣ ਸੱਜਣਾ ਮਿੱਤਰਾਂ ਦੇ ਕਮੈਂਟ ਆਉਂਦੇ ਕਹਿੰਦੇ ਬਾਈ ਜਦੋਂ ਤੁਸੀਂ ਖਾਣ ਪੀਣ ਚੀਜ਼ ਪਾਉਂਦੇ ਸਾਨੂੰ ਭੁੱਖ ਲੱਗ ਜਾਂਦੀ ਆ ਇਹ ਕਰਕੇ ਵੀਰ ਜੀ ਅਸੀਂ ਹੁਣ ਪਕਵਾਨ ਇਹੋ ਜਿਹੇ ਕਰਾਏ ਆ ਕਿ ਤੁਹਾਨੂੰ ਵੇਖ ਕੇ ਸੱਚੀ ਭੁੱਖ ਲੱਗ ਜਾਣੀ ਆ ਸੋ ਅਗਲਾ 1.5-2 ਮਿੰਟ ਦਾ ਵਲੋਗ ਨਾ ਵੇਖੇ ਜਾਓ ਸਕਿਪ ਕਰ ਦਿਓ ਭਾਵੇਂ ਸਾਡੇ ਤੋਂ ਹਨਾ ਸਾਡੇ ਤਾਂ ਵੱਖ ਉਹ ਗੱਲਾਂ ਹੁੰਦੀਆਂ ਹੁਣ ਕਾਲੀ ਪਿੱਛੇ ਕੀ ਪਤਾ ਕਾਲੀ ਪਾਦਰਾਂ ਮਾਰ ਦੇ ਗਾਲੀ ਦੇ ਸਿਰ ਤੇ ਖਾਦਾ ਕੋ ਨਹੀਂ ਸੁਣਿਆ ਜਾਂ ਮਾਰਨੇ ਪੁੱਠਾ ਚਲਾਉਣਾ ਪੈਣਾ ਜੇ ਮੈਨੂੰ 1000 ਰੁਪਏ ਦੇ ਦਾਲੇ ਵਾਲਾ ਬਣਾ ਜਾਂਦਾ ਠੀਕ ਹੈ ਆਏ ਓਏ ਇਹ ਪਰਾਂ ਦਾ ਢਿੱਲਾ ਆ ਗਿਆ ਗੱਲ ਚੋਂ ਕਰਨ ਦਾ ਹਾਂ ਜੀ ਹੈ ਹੈ ਲੈ ਵੀ ਮਿੱਤਰਾ ਰੋਟੀ ਵਾਲੀ ਨੇ ਕੱਲ੍ਹ ਨੂੰ ਗੱਲਾਂ ਹੋਈਆਂ ਜੀ ਅੱਜ ਚੱਲਣ ਡੀ ਮਿੱਸੀ ਰੋਟੀ ਨਾਲ ਦਾਲ ਨਾਲ ਚੌਲ ਨਾਲ ਚਿਕਨ ਬਿਰਿਆਨੀ ਬਣਾਈ ਬਈ ਜੀ ਤੇ ਮਿੱਤਰਾ ਪੂਰੀ ਤੂੰ ਨਹੀਂ ਖਾਂਦਾ ਓਏ ਉਹ ਦਾਲ ਐਵੇਂ ਨਾ ਗੱਲਾਂ ਲਗਾਈ ਜਾ ਮਾਮਾ ਤੇਰਾ ਪਤਾ ਕੀ ਕਰਕੇ ਆਇਆ ਉਹ ਕਰੂਆ ਰੋਟੀਆਂ ਨਾਲ ਜ਼ਿਆਦਾ ਲੇਟ ਗਏ ਜੇ ਜਿਹੜੇ ਬੰਦੇ ਕਹਿੰਦੇ ਸਾਨੂੰ ਭੁੱਖ ਨਹੀਂ ਲੱਗੀ ਮਿੱਤਰੋ ਉਹਨਾਂ ਨੇ ਬਾਹਲੀ ਕਿਲੀ ਨੱਪੀ ਜੇ ਸਰਪੰਚ ਕਹਿੰਦਾ ਮੈਨੂੰ ਭੁੱਖ ਹੀ ਨਹੀਂ ਆ
ਚੌਲਾਂ ਦੀ ਪਲੇਟ, ਦਾਲ ਦੀ ਕੌਲੀ ਤੇ ਚਿਕਨ ਵੀ ਕਹਿੰਦਾ ਨੱਪ ਗਿਆ ਜੀ ਹੈਂ। ਮੈਨੂੰ ਵੀ ਗੁਰੂ ਆ, ਮੈਨੂੰ ਵੀ ਆਖਾਂ ਨਾ ਭੁੱਖ ਤੇ ਲੱਗੀ ਪਰ ਮੈਂ ਜ਼ਿਆਦੀਆਂ ਖਾ ਗਿਆ। ਪੁੱਤਰਾ ਕਿੰਨੇ ਖਾਧੀ? ਝੂਠ ਨਾ ਬੋਲੀ, ਦੋ ਨਾਲ ਚੌਲ। ਤੂੰ ਕਰੀ? ਮੈਂ ਢਾਈ ਰੋਟੀਆਂ ਤੇ ਨਾਲ ਚੌਲ ਦੋ ਵਾਰੀ। ਤੇਰਾ ਪਾ ਦੋਰੇ ਕਿਹੜਾ ਲਾਤਾ ਚੌਲਾਂ ਨੂੰ ਹੈਂ? ਇੱਕ ਵਾਰੀ ਮੋਗੇ ਗੁਰੂ ਆ ਨਹੀਂ ਦੱਸਣੇ, ਆਪਾਂ ਥੱਲੇ ਆ ਕੇ ਸੈਰ ਕਰਨੀ ਪੈਣੀ ਆ ਫਲੈਟ ਜਾ ਕੇ ਵੀ। ਹਾਂਜੀ ਲੰਮੇ ਮਤਲਬ ਨੀਂਦ ਆ ਜਾਣੀ, ਕੁੜੇ ਲੰਮੇ ਪੈ ਗਏ ਸੀ ਹੈਨਾ। ਲੈ ਵੀ ਮਿੱਤਰਾ ਮੋਸ ਕੀ ਇੰਤਜ਼ਾਰ ਹੋਣੀ ਫਲੈਟ। ਦੱਸੋ ਫਿਰ ਕੀ ਆਉਂਦੇ ਸਰੀਰ, ਕੀ ਆਉਂਦੇ ਸੋਈਏ ਕਿ ਜਾਂ ਸੈਰ ਕਰਨੀ ਸਰੀਰ, ਦੱਸੋ ਕੀ ਆਉਂਦੇ ਆਵਾਜ਼ ਕਰਾਓ। ਇੱਕ ਜੇ ਤੇ ਬਹਿ ਗਏ ਉਸਤਾਦ ਜੀ ਇੱਕ ਥਾਂ, ਫਿਰ ਨੀਂਦ ਆ ਜਾਣੀ ਹੈਨਾ। ਜੇ ਇੱਥੋਂ ਤੁਰ ਕੇ ਪਿੱਛੇ ਨੂੰ ਪਿੱਛੇ ਹੋ ਜਾਈਏ ਪਾਰਕਲ ਨੂੰ, ਆਹੋ ਤੇ ਜੇ ਫੇਰ ਸੈਰ। ਚਲੋ ਵੇਖ ਲੈਂਦੇ ਕੀ ਮਾਹੌਲ ਬਣਦਾ, ਆ ਜਾਓ ਸੱਚੀ ਨਾ। ਉਹ ਦੂਜੇ ਜਿਹੜੇ ਫੋਲਡਿੰਗ ਮੰਜੇ ਨੇ ਦਿਓ ਉਹਨਾਂ ਕਿਤੇ ਥੋੜਾ। ਮਿੱਤਰਾ ਬੋਸ ਕੀ ਇੰਤਜ਼ਾਰ ਹੋਣੀ ਫਲੈਟ ਫਲੈਟ, ਮਨੇ ਇਧਰ ਕੱਪ ਚ ਛੁੱਕੀ ਮੜੇ ਜੀ ਕੀ ਹੋਣ ਡਿਆ ਵਾ? ਓ ਮਨ ਪਤੀ ਕਿਹੜੀ ਐਡ ਹੋ ਗਿਆ ਉਸਤਾਦ, ਤੂੰ ਆਪਣੇ ਸੱਦੀਆਂ ਗਾਲਾਂ ਵਾਲੀਆਂ ਸਟੋਰੀਆਂ ਲਾਈ। ਮੈਂ ਤਾਂ ਨਹੀਂ ਗਾਲ ਕੱਢੀ, ਇਹਨੇ ਕੱਢੀ ਗਾਲ। ਤੂੰ ਗਾਲ ਕਿਉਂ ਕੱਢੀ ਵਾ? ਮੈਂ ਤਾਂ ਪਾਉਣੀ ਫਿਰ, ਤੂੰ ਗਾਲ ਕੱਢੋ ਕੱਢੀ ਗਾਲ ਤੇਰੇ ਮੂੰਹ ਨਿਕਲੀ, ਮੇਰੇ ਮੂੰਹ ਵੀ ਜੀ ਨਹੀਂ ਕੱਢਦਾ ਤੇ ਬੈਗੀ ਕਰਦੇ। ਪਹਿਲਾਂ ਕੱਢ ਦੇ ਸੌਰੀ ਕਹਿਣ ਦਾ, ਕੱਢ ਦੇ ਸੌਰੀ ਕਹਿਣ। ਮਰ ਜਾਂਦੀ ਦਹੀਂ ਲੀਡ ਕਿਤੇ ਲੀਡ ਕੀਤੀ ਹੈ ਵੀਡੀਓ ਲੀਡ ਕੀਤੀ ਰੀ ਮਰਦੀ। ਹਾਂਜੀ ਚੱਲ ਕਰਦੇ ਆਪਣਾ ਭਰਾ ਯਾਰ, ਕਰਦੇ ਯਾਰ ਸੋਹਣੀ ਬਣੀ ਇੱਕ ਗਾਲ ਬੋਲੇ ਹੁਣ ਕੱਟ। ਕੋਈ ਨਹੀਂ ਗਾਲ ਨਹੀਂ ਕੱਟ, ਕਿਹੜੀ ਗਾਲ ਕੱਟੀ? ਗਾਲ ਨਹੀਂ ਕੱਟੀ, ਕੋਈ ਗੱਲ ਨਹੀਂ ਚੱਲ ਕੱਟਦੇ ਆਪਣਾ ਭਰਾ, ਗਾਲ ਨਾ ਕੱਟੀ ਗਾਲ ਹੁਣ। ਹਾਂ ਕੱਟਦੇ ਚੱਲ ਕੋਈ ਨਹੀਂ ਭਰਾ, ਆਪਣਾ ਗਾਲ ਵਾਲੀ ਨਾ ਪਾਇਆ ਕਰੋ, ਕੋਸ਼ਿਸ਼ ਕਰਿਆ ਕਰੋ ਅੰਦਰ ਨਹੀਂ ਜਾਣਾ। ਅੰਦਰ ਕੀ ਆ ਗੁਫਾ ਵਾਲਾ ਕਮਰਾ? ਓਏ ਮਾੜੀ ਮੋਟੀ ਸਫਾਈ ਜੀ ਕਰ ਲਈਏ। ਉਹ ਯਾਰ ਜੀ ਉਹ ਸਪੀਕਰ ਅੰਦਰ ਲਾਈ ਦਾ ਸਾਰਾ, ਇਹ ਬੰਦ ਹੋ ਜਾਂਦਾ ਸਾਰਾ। ਨਹੀਂ ਚੱਲ ਆ ਪਿੱਛੋਂ ਪਿੰਡ ਲਾ ਜਾਂਦੀ ਭਾਜੀ। ਨਾ ਨਾ ਸਾਰੇ ਘਰ ਦੀ ਬੱਤੀ ਬੰਦ ਕਰਤੀ, ਹਿੰਦ ਕੁੜੀ ਹੋਵੇ ਰਾਤੀ। ਉਹਨੇ ਬਸ ਲਾਇਆ ਸਪੀਕਰ ਉਲੇ ਸ਼ੂ 'ਚ, ਕੁੜੀ ਸਭ ਕੁਝ ਡੇ ਪਿਆ। ਮੈਂ ਕਿਹਾ ਲੈ ਪੈ ਯਾਨੂੰ ਸਿਆਪਾ ਕੁੜੀ ਹੋਵੇ, ਲੱਗਦਾ ਮਸਲ ਨਾਲ ਕਮਰੇ ਹੋਵਾਂਗੇ। ਇਹ ਮੈਂ ਲਾਇਆ ਸੀ ਲੋੜ ਲੈ ਜਾਂਦਾ, ਇੱਧਰ ਡੇ ਪਿਆ ਸ਼ੂ 'ਚ ਆ। ਸਫਾਈ ਕਰ ਲਈਏ ਕਰਾਂ ਹੈਂ? ਤੇ ਲੱਗੇ ਨਿਕਲਾਂ ਕਿ ਰਾਤ ਜਾਣਾ? ਦੱਸੋ ਰਾਤ ਜਾਣਾ ਕਿ ਲੱਗ ਜਾਣਾ ਹੈ? ਓਏ ਰਾਤ ਜਾਣਾ ਕਿ ਲੱਗ ਜਾਣਾ ਜੀ? ਨਹੀਂ ਦੱਸੋ ਤੜਕੇ ਜਾਣਾ, ਫਿਰ ਤੜਕੇ ਚਾਰ ਵਜੇ ਉੱਠ ਪਿਆ ਹੁਣ ਟਾਈਮ ਤੋਂ ਸਮਝੋ। ਚਾਰ ਵਜੇ ਉੱਠਾਂ ਫਿਰ ਪੰਜ ਤੁਰਾਂਗੇ, ਸਫਾਈ ਕਰ ਲੈਂਦੇ। ਚਲੋ ਕੋਈ ਨੀ ਕੱਢ ਦੇ ਯਾਰ, ਕੱਢ ਦੇ ਤਰਲੇ ਮਾਰਦੇ ਚਲ ਕੱਢ ਦੇ ਗਾਣਾ ਗਾਲ ਕੱਢੀ ਜਾਣਾ ਚੱਲ ਚਾਰਿਆਂ ਦੇ ਕੱਢਦੇ ਹੁਣ। ਉਰਾ ਮਾ ਗੋਰੀ ਉਰਾ ਪੁੱਤ, ਇਹ ਚੱਲਦਾ ਨੀ ਗੁਰੂ, ਹੱਥ ਨਾਲ ਕਰਨਾ ਪੈਂਦਾ। ਲੈ ਵੀ ਮਿੱਤਰਾ ਸੇਬ ਆਪਣੇ ਰੈਡੀ ਗਏ, ਤਿਆਰ ਪਰ ਤਿਆਰ ਖਾ ਗਏ ਤੇ ਮਾਰੀਏ ਡੇਟੀਆਂ। ਗੋਰੀ ਧੋਣ ਲੱਗੇ ਕੱਪੜੇ ਪੁੱਤ ਇੱਕ ਬੈਗ 'ਚ ਬੰਦਿਆਂ ਨੇ ਬਾਸ਼ੀ ਮੁੜਾਉਣ ਕੀਤਾ, ਕੋਈ ਕਿਤੇ ਵਿਛਿਆ ਪਿਆ, ਕੋਈ ਕਿਤੇ ਵਿਛਿਆ ਪਿਆ ਹੈ ਨਾ ਤੇ ਨੀ ਪਿੰਡ ਜਾਂ ਤਾਂ ਨਾ ਲੈਂਦੇ ਆ ਹੈ। ਬਾਸ਼ੀ ਮੁੜਾਉਣ ਕੀਤਾ ਉੱਧਰ ਵੇਖ ਕਿੱਦਾਂ ਵੇਖ, ਲੋਕਾਂ 'ਚ ਚੈਟਾਂ ਹੁੰਦੀਆਂ, ਕਰ ਲਾ ਬੈਗ ਵੇਖ, ਸਟੋਰੀਆਂ ਵੇਖੀਆਂ ਜਾਣ ਡੀਆਂ। ਪੁੱਤਰੀ ਕਿੱਥੇ ਪੁੱਤਰੀ ਹੈਂ? ਉਹ ਵੱਖਰਾ ਹੀ ਪੈਂਦਾ ਹੋਣਾ ਤੁਹਾਡੇ ਨੂੰ, ਗੱਲ ਕੋਈ ਹੈਗੀ ਹੈ ਨਾ, ਢੱਡ ਲੱਗ ਹੀ ਨਹੀਂ ਪੈਂਦਾ ਉਹ ਤੁਹਾਡੇ ਨਾਲ, ਏਦਾਂ ਲੱਗਦਾ ਤੁਹਾਡੇ ਨਾਲ ਆਇਆ ਨਹੀਂ ਹੁੰਦਾ ਤੇ ਤੁਹਾਡੇ ਨਾਲ ਨਹੀਂ ਆਇਆ ਨਾ, ਉਹ ਆਪਣੀ ਨਾਲ ਦੀ ਨਾ ਆਇਆ ਤੇ ਉਹ ਗੱਲ ਬਣੀ ਨਹੀਂ ਉਹਦੀ ਹੈ। ਗੋਰੀ ਆਪਣੇ ਘਰ ਬੈੱਡ ਬੁੱਡ ਨਹੀਂ ਹੈਗਾ? ਹਾਂਜੀ ਆਪਣੇ ਘਰ ਬੈੱਡ ਨਹੀਂ ਨਾ ਹੈਗਾ ਨਾ, ਇੱਥੇ
ਵਿਆਹ ਨਹੀਂ ਵੈਰੀ ਹੈ ਅਦਨਿਸ਼ਾ ਹੁਣ ਸਮਝਿਆ ਮੈਂ ਥੱਲੇ ਕਿਉਂ ਪਿਆ ਤੇ ਬੈਠ ਤੇ ਤੂੰ ਪੈ ਠੰਡੀ ਹਵਾ ਇੱਧਰ ਵੱਜਦੀ ਹੈ ਠੰਡੀ ਹਵਾ ਨਹੀਂ ਅੱਗੇ ਥੱਲੇ ਸੁੱਟ ਦੇ ਲੈਣ ਸਮਝਾਓ ਮੜਾ ਯਾਰ ਸਾਰਾ ਕੰਮ ਹੀ ਗੋਰੀ ਸਿਰ ਤੇ ਸਾਰਾ ਭਾਰ ਹੀ ਗੋਡ ਗੋਰੀ ਦੇ ਮੋਢਿਆਂ ਤੇ ਤੁਸੀਂ ਅੱਡਾ ਤੇ ਮੁੰਡਾ ਇਹ ਕਹਿਣਾ ਵੀ ਮਿੱਟ ਲੋਣੀ ਆ ਕਹਿੰਦਾ ਇਹ ਕੰਮ ਮੇਰੇ ਲਈ ਨਹੀਂ ਬਣੇ ਸਾਰਾ ਭਾਰ ਹੀ ਗੋਰੀ ਸਿਰ ਤੇ ਨਹੀਂ ਆ ਬਾਹਰ ਕਿਹੜਾ ਸਾਰਾ ਕੰਮ ਹੀ ਅੱਡਾ ਹੁੰਦਾ ਹੈ ਉਹ ਸਾਡਾ ਹੋ ਗਿਆ ਭਾਈ ਨੇ ਕੋਈ ਤੂੰ ਤਾਂ ਖੁਸ਼ੀ ਜਾ ਗਏ ਨਾਲੇ ਮੱਠੀ ਮੱਠੀ ਗੇੜੀ ਕੱਢ ਆਵਾਂਗੇ ਕਿਉਂਕਿ ਅਸੀਂ ਚਲ ਜਾਣਾ ਸਵੇਰੇ ਪਿੰਡ ਤੇ ਰਾਣੀ ਸੁੰਦਰ ਟੈਂਕੀ ਫੁੱਲ ਹੁਣ ਕਰੇਗੀ ਸਵੇਰੇ ਕਰੇ ਕਰਾਉਣੀ ਤੇ ਪੈਣੀ ਹੈ ਹਾਂ ਅੱਛਾ ਇੱਧਰ ਆ ਓਕੇ ਲੈ ਵੀ ਬਾਈ ਨੇ ਇਸ਼ਾਰਾ ਮਾਰਤਾ ਹੀ ਲੈ ਬਾਈ ਇਹਦੀ ਕੱਢ ਲੈਂਦੇ ਹਾਂ ਪਰਲਾ ਗੇੜ ਕਰਤਾ ਮੁੰਡਿਆਂ ਟਾਈਮ ਸਰੀ ਬੰਦ ਲੱਗਦਾ 10 ਵੱਜ ਗਏ 10 ਤਾਂ ਨਹੀਂ ਵੱਜੇ ਜੇ ਹਜੇ 9:45 ਹੋਏ ਤਾਂ ਪਹਿਲਾਂ ਗੇੜ ਬੰਦ ਕਰਤਾ ਹਾਂ ਬੀਬਾ ਹੁਣ ਤੇਰੋ ਗੱਡੀ ਨਹੀਂ ਮੁੜਨੀ ਸਾਨੂੰ ਗਾਹ ਕਰਾਏਗੀ ਚੱਲ ਅਸੀਂ ਪਿੱਛੇ ਕਰ ਲੈਂਦੇ ਹਾਂ ਆ ਜਾ ਕੀ ਵੇ ਨਾ ਇਹ ਵੀ ਰੂਬੀ ਕਾਉਣੀ ਨਹੀਂ ਰੂਬੀ ਕਾਉਣ ਦਾ ਦੋਵਾਂ ਦਾ ਸੇਮ ਜਿਹੜੀ ਸਹਾਰਾ ਮੁੜ ਲਾਉਂਦਾ ਉਹਦਾ ਕਾਲਾ ਆਉਂਦਾ ਉਦਾਂ ਆਪਸ਼ਨ ਇਹਨਾਂ 'ਚ ਵੀ ਆਉਂਦੀ ਇੰਡੀਆ ਵਾਲੇ ਦਿੰਦੇ ਨਹੀਂ ਆ ਮੈਂ ਅੱਜ ਨੈੱਟ 'ਤੇ ਪੜ੍ਹਨ ਲਿਆ ਸੀ ਕਿ ਇਸ ਮਾਡਲ 'ਚ ਵੀ ਉਹ ਇੰਟੀਰੀਅਰ ਦੀ ਆਪਸ਼ਨ ਦਿੰਦੇ ਆ ਨਾਡੋ ਗਰੇ ਦਾ ਬੰਦ ਕਰਤਾ ਸੀ ਹੁਣ ਨਾਡੋ ਗਰੇ ਦਾ ਮਿਕਸਚਰ ਜਿਹਾ ਤੇ ਨਾਡੋ ਗਰੇ ਦਾ ਜਿਹੜਾ ਉਹ ਨੀ ਸੀਮਟ ਰੰਗੀ ਬੰਦ ਕੀਤਾ ਕਲਰ ਇਹਨਾਂ ਦੋਵਾਂ ਨੂੰ ਮਿਕਸ ਜਿਹਾ ਕਰਕੇ ਫਿੱਕਾ ਫਿੱਕਾ ਕਲਰ ਬਣਦਾ ਉਹ ਕੱਢਤਾ ਇਹਨਾਂ ਨੇ ਵੇਲਾ ਕੱਲੇ ਟਾਇਰ ਹੀ ਪਏ ਤੇ ਨੋਰਮਲ ਰੂਬੀਕਾਂ ਨੂੰ ਕਿੰਨੀ ਉੱਚੀ ਲੱਗਣ ਡਈ ਆ ਹਨਾ ਮੈਂ ਵੀ ਦੋਵੇਂ ਭੈਣਾਂ ਭੈਣਾਂ ਖੋਤੀਆਂ ਭੈਣ ਥੋੜ੍ਹੀ ਜਿਹੀ ਜਵਾਨ ਆ ਇਹ ਨਵੀਂ ਆਈ ਹੈ ਜੀ ਥੋੜ੍ਹੀ ਜਿਹੀ ਜਵਾਨ ਆਈ ਹੈ ਇਹ ਕਹਿੰਦੇ ਕਹਿੰਦਾ ਉਹ ਚੜ੍ਹਦੀ ਜਵਾਨੀ 'ਚ ਪੈਰ ਰੱਖਿਆ ਇਹਨੇ ਹੈ ਜੇ ਲਿਫਟ ਕਿਹੜਾ ਲੱਗ ਗਈ ਤਾਂ ਕਿੰਨੀ ਉੱਚੀ ਹੋਣੀ ਗੱਡੀ ਹੋਰ ਪਰ ਮੈਂ ਜ਼ਿਆਦਾ ਉੱਚੀ ਨਹੀਂ ਲਿਫਟ ਕਿਹੜਾ ਲਵਾਉਣੀ ਮੈਂ ਰਾਤੀ ਬੈਠਾ ਨਾ ਸੋਚਣ ਡਿਆ ਸੀ ਇਸ ਚੀਜ਼ 'ਤੇ 2.5 ਇੰਚ ਤੱਕ ਵੱਧ ਤੋਂ ਵੱਧ 2.5 ਜਾਂ 3 ਇੰਚ ਤੱਕ ਜਿਹੜੀ ਏਜੰਸੀ ਪ੍ਰੈਫਰ ਕਰਦੀ ਹੈ ਨਾ ਏਜੰਸੀ ਵਾਲੇ 2.5 ਇੰਚ ਲਿਫਟ ਕਿੱਟ ਪ੍ਰੈਫਰ ਕਰਦੇ ਕਿ ਤੁਸੀਂ ਲਾ ਸਕਦੇ ਜੇ ਕਿੱਥੇ ਆਉਂਦਾ ਮੰਨੇ ਵੇਖ ਅੱਖੀ ਤੇਰੀ ਕਹਿੰਦਾ ਕਿੰਨੀ ਉੱਚੀ ਗੱਡੀ ਇਹ ਨਾ ਇੱਥੇ ਆਪਣੇ ਇੱਥੇ ਨੁੱਕਰ 'ਤੇ ਹੱਥ ਰੱਖੀ ਨੁੱਕਰ 'ਤੇ ਇਹ ਜਿੱਥੇ ਥੱਲੇ 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 ਇੱਥੇ ਹੁਣ ਉਹ ਦੂਜੀ ਗੱਡੀ 'ਤੇ ਜਾ ਕੇ ਲੱਗ ਜਾ ਕੇ ਵੇਖੀ ਭਲਾ ਉਹ ਚੱਪੇ ਦਾ ਫਰਕ ਪੈਂਦਾ ਜੀ ਲੈ ਵੀ ਗੱਲ ਇੱਦਾਂ ਕਿ ਮੈਂ ਸੱਜਣ ਨੂੰ ਮਿਲ ਕੇ ਫਿਰ ਹੀ ਜਾਂਦੇ ਪਿੰਡ ਨੂੰ ਵੀ ਮਤਲਬ ਗੱਲ ਇੱਦਾਂ ਆ ਚੱਲ ਇਹ ਸਾਡਾ ਰਾਤੀ ਪਾਉਣ ਦਾ ਇਰਾਦਾ ਹੈਗਾ ਸੀ ਅਤੇ ਪਰ 10:00 ਹੋ ਗਏ ਜੇ 51 ਮਿੰਟ 11:30 ਵਜੇ ਸੌਣਾ ਅਤੇ ਸਵੇਰੇ ਉੱਠਾਂਗੇ 4:30 ਦਾ ਲਾ ਕੇ ਲੜਦੇ ਜਿਹੜਾ ਉੱਧਰ ਮੰਨੇ ਤੇਰਾ ਆਪਾਂ ਕਿੰਨੇ ਤੁਰ ਪਏ ਸੀ ਯਾਰ 5:30 ਤੁਰੇ 4 ਵਜੇ ਉੱਠ ਗਏ ਸਾਰੇ ਤੁਰੇ ਕਿੰਨੇ ਵਜੇ ਇਹ ਨਹੀਂ ਪਤਾ ਜੇ ਆਪਾਂ ਯਾਰ
ਮੇਰੀ ਕੋਸ਼ਿਸ਼ ਆ ਕਿਤੇ ਆਪਾਂ 7 ਕੋਈ ਪਿੰਡ ਲੱਗ ਜਾਈਏ ਨਾ। ਬੜਾ ਪਹੁੰਚ ਗਈ ਯਾਰਣੀ ਫਲੈਟ ਦੇ, ਸ਼ੁਕਰ ਆ ਸਾਡੀ ਵੀ ਕਿਤੇ ਪਾਰਕਿੰਗ ਸਾਨੂੰ ਵਿਹਲੀ ਮਿਲ ਗਈ ਹੈ। ਰਾਤ ਨੂੰ ਲੇਟ ਆਈਦਾ ਕਿ ਪਾਰਕਿੰਗ ਸਾਡੇ ਵਾਲੀ ਕਹਿੰਦਾ ਕਿ ਸੱਜਣ ਮਿੱਤਰ ਨੇ ਗੱਡੀ ਲਾਈ ਦੀ ਤਾਂ ਅਸੀਂ ਕਦੀ ਨਹੀਂ ਕਿਸੇ ਨੂੰ ਤੰਗ ਕੀਤਾ ਵੀ ਸਾਡੀ ਪਾਰਕਿੰਗ 'ਚ ਕਿਸੇ ਨੇ ਗੱਡੀ ਲਾਤੀ ਆ ਅਤੇ ਗੱਡੀ ਪਾਸੇ ਕਰਾਓ, ਅਸੀਂ ਹੋਰ ਕਿ ਪਾਰਕਿੰਗ ਠੋ ਦੇਈਦੀ ਆ। ਮਤਲਬ ਕਿ ਜਿਹੜੀ ਗੈਸਟ ਪਾਰਕਿੰਗ ਹੁੰਦੀ ਆ ਉੱਤੇ ਗੇਟ ਦੇ ਲਾਗੇ ਆ, ਫਿਰ ਅਸੀਂ ਉੱਥੇ ਲਾ ਦੇਈਦੀ ਆ, ਪਰ ਅਸੀਂ ਕਿਸੇ ਨੂੰ ਤੰਗ ਨਹੀਂ ਕੀਤਾ, ਅਸੀਂ ਲੀਚੜ ਪਾਣੀ ਕਦੇ ਕੀਤਾ ਹੈ ਨਾ। ਕੋਈ ਨਹੀਂ, ਖੁਸ਼ ਰਹੋ ਬਾਈ, ਨਜ਼ਾਰੇ ਲਾਓ। ਲੈ ਵੀ ਤੁਹਾਨੂੰ ਇੱਕ ਚੀਜ਼ ਵਿਖਾਉਂਦਾ ਮੈਂ, ਰੂਬੀ ਕਦਮ ਉੱਤਰ ਲੈਣ ਦਿਉ। ਹੋਇਆ ਥੜ ਨਾ ਇਹ ਵਾਕਿਆ ਕੱਲ੍ਹ ਪਰਸੋਂ ਦਾ, ਪਰ ਮੈਂ ਨਾ ਧਿਆਨ ਹੀ ਮੇਰਾ ਰੱਜ ਪਿਆ ਲੱਗਾ ਪਤਾ। ਪਰ ਪੈਣਾ ਸਾਰਾ ਹੀ ਨਵਾਂ ਜੀ ਹੈ ਨਾ। ਇਹ ਜਿੱਦਾਂ ਅਸੀਂ ਆਉਣ ਡੇ ਪਿੰਡ ਮੇਰਾ, ਸਾਨੂੰ ਉਦਣ ਆਇਆ ਜਲੰਧਰ ਹੈ ਨਾ, ਜਲੰਧਰ ਲੱਗ ਗਿਆ ਧੌਣ ਫਿਰ ਦੇਖ ਪੀ ਚੁੱਕ ਲਾ ਮੁੰਡੇ ਲਓ ਮਿੱਤਰਾ ਪਲਾਨ ਹੋ ਗਿਆ ਚੇਂਜ, ਨਹੀਂ ਹੁਣੇ ਨੀ ਪਲਾਨ ਚੇਂਜ ਹੋ ਗਿਆ ਜੀ, ਪਲਾਨ ਚੇਂਜ ਹੋ ਗਿਆ ਜੀ। ਇੱਕ ਗੱਡੀ ਜਾਊ ਪਹਿਲਾਂ, ਇੱਕ ਗੱਡੀ ਜਾਊ ਬਾਅਦ ਚ, ਹੁਣ ਦੱਸੋ ਹੈਂ ਆਪਾਂ ਕਿੰਨੇ 6 ਬੰਦੇ ਲੁਧਿਆਣਾ ਛੱਡੀ ਆ ਜੀ, ਠੀਕ ਆ। ਆਪ ਮੈਂ ਮੰਨਾ ਤੇ ਭੁੱਲਰ ਚੱਲ ਜਾਂਦੇ ਲੁਧਿਆਣੇ, ਤੇਰੀ ਕਿਹੜੀ ਨਾਲ ਦੀ ਆ ਹੈ, ਕਿਹੜੀ ਬੀਬੀ ਉੱਥੇ ਲੁਧਿਆਣੇ ਬੜਾ ਭੱਜ ਭੱਜ ਜਾਂਦੇ ਹੈ ਲੁਧਿਆਣੇ। ਭੁੱਲਰ ਆਪਾਂ ਜਾਣਾ ਟਾਈਮ ਸਿਰ, ਉੱਠਵੀਂ ਸਵੇਰੇ 4 ਵਜੇ ਆਪਾਂ ਚੜ੍ਹ ਕੇ 4 ਵਜੇ ਜਾਣਾ ਸੀ, ਪਰ ਤੁਸੀਂ ਲੇਟ ਆ ਜਾਓ, ਤੁਸੀਂ ਮਾਂ ਪਿਓ ਤੁਸੀਂ ਲੁਧਿਆਣੇ ਤੋਂ ਨਹੀਂ ਆ ਜਾਓ, ਤੇ ਆਪਾਂ ਤੁਸੀਂ ਜਦੋਂ ਮਰਜ਼ੀ ਆ ਜਾਓ ਬਾਅਦ ਲੇਟ, ਜਦੋਂ ਮਰਜ਼ੀ ਨਾ ਕਹੋ 7 ਵਜੇ ਕਹੋ ਵੀ 7 ਵਜੇ, ਮਤਲਬ 10 ਵਜੇ ਤੇ ਗੱਲਾਂ ਖੁੱਲ ਜਾਂਦੀਆਂ, 10 ਵਜੇ ਤੁਸੀਂ ਉੱਥੋਂ ਦਾ ਕਹੋ ਕਿ 9 ਵਜੇ, ਮਤਲਬ 10 ਵਜੇ ਆਪਾਂ ਪਿੰਡ ਪਹੁੰਚਣਾ ਦਿਨੇ, ਤੁਸੀਂ ਉਸ ਨਾਲ ਵੇਖ ਲਿਓ ਹੁਣ ਆਪਾਂ ਚੱਲ ਜਾਣਾ ਵਾ, ਠੀਕ ਹੈ। ਤੂੰ ਹੀ ਗੋਰੀ ਤੁਸੀਂ ਤਿੰਨੇ ਆ ਜਾਓ, ਮੈਂ ਭੁੱਲਰ ਤੇ ਮੰਨਾ ਚੱਲ ਜਾਂਦੇ ਸਵੇਰ ਤੜਕੇ, ਚਲੋ ਠੀਕ ਹੈ। ਮੰਨੇ ਆਪਾਂ ਖਿੱਚੀ ਤਿਆਰੀ ਫਿਰ, ਚੰਗਾ ਮਿੱਤਰੋ ਮਿਲਦੇ ਹਾਂ ਸਵੇਰੇ ਫਿਰ ਨਵੇਂ ਵਲੋਗ ਦੇ ਨਾਲ। ਬੰਦੇ ਵੇਖੋ ਸਿਰੇ ਕਿਹੜੇ ਕਿਹੜੇ ਜਾਂਦੇ ਟਾਈਮ ਸਿਰ ਪਿੰਡ, ਗੋਰੇ ਨਹੀਂ ਮਾਰੀ ਜਾਂਦੇ ਬੁੜੀਆਂ ਨੇ ਝੂਠ, ਤਗੜੇ ਹੋ ਗਏ। ਮੈਂ ਸੌਣ ਲੱਗਾ ਤੜਕੇ, ਜਾਣਾ ਇਹਨੇ ਤਾਂ ਨਹੀਂ ਜਾਣਾ ਆਪਣੇ ਨਾਲ, ਤੂੰ ਲੇਟ ਹੀ ਜਾਣਾ ਵਾ, ਆਨੰਦ ਲੈ। ਅੱਛਾ ਕਿਹੜਾ ਜਲਾਉਣਾ, ਚੰਗਾ ਵੀ ਮਿੱਤਰੋ ਮਿਲਦੇ ਹਾਂ ਸਵੇਰੇ, ਸਵੇਰੇ ਮਿਲਦੇ ਹਾਂ ਪਿੰਡ ਵਲੋਗ ਦੇ ਨਾਲ। ਇਹਨੇ ਬੁਲਾ ਕਿਹੜਾ ਕਿਹੜਾ ਬੰਦਾ ਪਿੰਡ ਦੇ ਨਾਲ ਕਿਹੜਾ ਹੀ ਫਰੀਦਾ। ਬਾਏ ਬਾਏ ਜੀ ਦੇ ਮਹਾਦੇਵ ਦਾ ਨੀਅਰੇ ਲੋਕ।